ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਔਰ ਸਾਰੇ ਆਪਣੇ ਪਲੀਜ਼ ਆਰਾਮ ਨਾਲ ਬੈਠ ਜਾਓ, ਕਾਲਸ ਕਰਨ ਵਾਸਤੇ ਤਿਆਰ ਹੋ ਜਾਓ, ਕਿਉਂਕਿ ਵਨ ਆਫ ਦੋਜ਼ ਡੇਜ਼ ਜਦੋਂ ਕਿ ਅਸੀਂ ਬੜਾ ਅੱਛਾ ਲੱਗਦਾ ਕਿ ਯੰਗਰ ਜਨਰੇਸ਼ਨ ਸਾਨੂੰ ਕਾਲ ਕਰ ਰਹੀ ਹੈ, ਈਮੇਲ ਲਿਖ ਰਹੀ ਹੈ, ਆਪਣਾ ਜੋ ਮਨ ਦਾ ਕੌਨਫਲਿਕਟ ਹੈ ਸਾਡੇ ਨਾਲ ਸ਼ੇਅਰ ਕਰ ਰਹੇ ਹੈ। ਸੋ ਇਹ ਜਿਹੜੀ ਕੁੜੀ ਜਿਹਨੇ ਸਾਨੂੰ ਲਿਖਿਆ ਹੈ, ਸ਼ੀ ਇਜ਼ ਅ ਯੰਗ ਗਰਲ, ਗ੍ਰੈਜੂਏਟ ਹੋ ਰਹੀ ਹੈ ਔਰ ਕਾਫੀ ਦੇਰ ਤੀਕ ਕਹਿ ਰਹੀ ਹੈ ਕਿ ਮੈਂ ਮਤਲਬ 9th ਗ੍ਰੇਡ ਤੋਂ ਆਈ ਹੈਵ ਬੀਨ ਔਨ ਮਾਈ ਓਨ, ਆਪਣੇ ਆਪ ਮੈਂ ਆਪਣੇ ਆਪ ਨੂੰ ਪਾਲਿਆ ਔਰ ਸਾਰੇ ਪਰਿਵਾਰ ਨੂੰ ਪਾਲਿਆ। ਕਿਸ ਤਰ੍ਹਾਂ ਕੀ ਸ਼ੇਅਰ ਕਰ ਰਹੀ ਹੈ, ਥੋੜ੍ਹਾ ਗਿਲਾ ਕਰ ਰਹੀ ਹੈ ਪੇਰੈਂਟਸ 'ਤੇ, ਕਹਿ ਰਹੀ ਹੈ ਕਿ ਫਾਦਰ ਕਦੀ ਵੀ ਸਾਡੇ ਵਾਸਤੇ ਅਵੇਲੇਬਲ ਨਹੀਂ, ਮੈਨੂੰ ਜੋ ਯਾਦ ਹੈ ਆਪਣਾ ਕਿ ਕਦੀ ਅਵੇਲੇਬਲ ਨਹੀਂ ਹੋਇਓ, ਕਦੀ ਪਹਿਲੇ ਕੋਈ ਹੋਰ ਉਹਨਾਂ ਨੂੰ ਜਿਵੇਂ ਕਹਿ ਰਹੀ ਹੈ ਚੱਸ ਸੀਗਾ ਕਿਸੇ ਹੋਰ ਵਾਲੇ ਪਾਸੇ ਲੱਗੇ ਹੋਏ ਸੀ। ਦੈਨ ਕੁਝ ਸਾਲਾਂ ਤੋਂ ਉਹਨੇ ਦੇਖਿਆ ਕਿ ਸਿਰਫ ਜੋ ਵੀ ਵਰਸ਼ਿਪ ਕਰਨ ਵਾਲਾ ਇਹਨਾਂ ਦਾ ਪਲੇਸ ਹੈ, ਗੁਰਦੁਆਰਾ ਵਗੈਰਾ, ਮੰਦਿਰ ਗੁਰਦੁਆਰਾ, ਉੱਥੇ ਜਾਂਦੇ ਆ ਔਰ ਇੰਨਾ ਜ਼ਿਆਦਾ ਉੱਥੇ ਜਾਂਦੇ ਆ ਕਿ ਹੋਰ ਕੋਈ ਟਾਈਮ ਹੀ ਨਹੀਂ ਛੱਡਦੇ, ਜਾਂ ਕੰਮ ਅਤੇ ਜਾਂ ਫਿਰ ਉੱਥੇ ਉੱਥੇ ਲੀਡਰੀ ਵੀ ਕਰਦੇ ਨੇ, ਉੱਥੇ ਸੇਵਾ ਵੀ ਕਰਦੇ ਨੇ, ਉੱਥੇ ਸਭ ਕੁਝ ਕਰਦੇ ਨੇ ਔਰ ਕਰਨ ਕਿ ਕਹਿੰਦੇ ਕਿ ਕਹਿ ਰਹੀ ਹੈ ਕਿ ਮੈਨੂੰ ਬੜੀ ਗਿਲਟੀ ਫੀਲਿੰਗ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਤੁਹਾਨੂੰ ਕਹਿਣ ਦੇ ਵਿੱਚ ਕਿ ਬਈ ਉੱਥੋਂ ਦਾ ਟਾਈਮ ਅਸੀਂ ਕਹਿ ਰਹੇ ਹਾਂ ਕਿ ਨਾ ਕਰੇ, ਪਰ ਸਮਹਾਉ ਲੱਗਦਾ ਕਿ ਅਸੀਂ ਵੀ, ਸਾਡਾ ਵੀ ਹੱਕ ਹੈ ਉਹਨਾਂ ਦੇ ਟਾਈਮ 'ਤੇ, ਸੋ ਵੀ ਨੈਵਰ ਸੀ ਹਿਮ। ਮਦਰ ਦੀ ਗੱਲ ਕਰ ਰਹੇ ਹਾਂ ਕਿ ਹੁਣ ਠੀਕ ਨੇ, ਪਰ ਜਦੋਂ ਇਹ ਛੋਟੇ ਸੀਗੇ ਤਾਂ ਮਦਰ ਕਾਫੀ ਬਿਮਾਰ ਹੋ ਗਏ ਸੀ, ਕਾਫੀ ਦੇਰ ਬਿਮਾਰ ਰਹੇ, ਕੁਛ ਡਿਪਰੈਸਡ ਵੀ ਸੀ, ਕੁਛ ਫਿਜ਼ੀਕਲ ਏਲਮੈਂਟ ਸੀਗੀਆਂ। ਸੋ ਕਹਿੰਦੇ ਨੇ ਕਿ ਮੈਂ ਸਾਰੇ ਘਰ ਨੂੰ ਸੰਭਾਲਿਆ, ਹੁਣ ਉਹ ਠੀਕ ਵੀ ਨੇ, ਪਰ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੱਕ ਚਲਨ ਹੋ ਗਿਆ, ਇੱਕ ਪੈਟਰਨ ਹੋ ਗਿਆ, ਇੱਕ ਉਹਨਾਂ ਨੂੰ ਆਦਤ ਪੈ ਗਈ ਕਿ ਸਾਰਾ ਘਰ ਮੈਂ ਹੀ ਸੰਭਾਲਦੀ ਹਾਂ। ਕਹਿ ਰਹੇ ਮੈਂ ਇੱਕ ਤਰ੍ਹਾਂ ਨਾਲ ਇੱਕ ਓਨਲੀ ਚਾਈਲਡ ਵਾਕਣ ਪੱਲੀ ਹਾਂ, ਜਿਹਦੇ 'ਚ ਮਤਲਬ ਜ਼ਿੰਮੇਵਾਰੀਆਂ ਛੋਟੀ ਉਮਰ ਤੋਂ ਬਹੁਤ ਆ ਗਈਆਂ, ਪਰ ਫਿਰ ਮੇਰੇ ਤੋਂ ਦੋ ਭੈਣ ਭਰਾ ਛੋਟੇ ਨੇ ਜਿਹੜੇ ਕਿ ਮੇਰੇ ਤੋਂ 8 ਔਰ 9 ਸਾਲ ਛੋਟੇ ਨੇ, 8 ਔਰ 10 ਸਾਲ ਛੋਟੇ ਨੇ, ਮਤਲਬ ਕਾਫੀ ਛੋਟੇ ਨੇ। ਸੋ ਇੱਕ ਹੁਣ ਜਾ ਕੇ ਹਾਈ ਸਕੂਲ ਜਾ ਰਿਹਾ ਐਂਡ ਦੂਸਰਾ ਹਾਲੇ ਮਿਡਲ ਸਕੂਲ 'ਚ ਹੈ। ਸੋ ਕਹਿੰਦੇ ਹੁਣ ਮੈਨੂੰ ਉਹਦਾ ਫਿਕਰ, ਉਹਨਾਂ ਦਾ ਫਿਕਰ ਹੁੰਦਾ ਵੀ ਮੈਂ ਉਹਨਾਂ ਨੂੰ ਆਪਣੇ ਬੱਚਿਆਂ ਵਾਕਣ ਪਾ ਲਿਆ, ਭਾਵੇਂ ਇੰਨੇ ਵੀ ਛੋਟੇ ਨਹੀਂ ਹੈ, ਲੜਦੇ ਵੀ ਹਾਂ ਅਸੀਂ, ਸਭ ਕੁਛ ਹੈ, ਪਰ ਮੈਨੂੰ ਉਹਨਾਂ ਦਾ ਧਿਆਨ ਜ਼ਰੂਰ ਰਹਿੰਦਾ, ਆਈ ਰੀਅਲੀ ਰੀਅਲੀ ਲਵ ਦੈਮ। ਹੁਣ ਮੈਨੂੰ ਇੰਝ ਲੱਗਦਾ ਕਿ ਮੈਂ ਗ੍ਰੈਜੂਏਸ਼ਨ ਤੋਂ ਬਾਅਦ, ਮੈਂ ਸਾਰਾ ਟਾਈਮ ਗ੍ਰੈਜੂਏਸ਼ਨ ਦੇ ਟਾਈਮ ਵੀ ਜੋਬ ਕਰਦੀ ਰਹੀ ਹਾਂ, 9th ਤੋਂ ਜੋਬ ਕਰ ਰਹੀ ਹਾਂ, ਪੈਸੇ ਆਪਣੇ ਵਾਸਤੇ ਮੈਂ ਹਮੇਸ਼ਾ ਆਪਣੇ ਆਪ ਕਮਾਏ ਹੈ, ਮੈਂ ਕਦੀ ਨਹੀਂ ਮੰਗੇ, ਪਰ ਟਿਊਸ਼ਨਸ ਵੀ ਲੋਨ ਪਲੱਸ ਜੋ ਮੈਂ ਜੋਬ ਕਰ ਰਹੀ ਸੀ, ਹੁਣ ਮੈਨੂੰ ਬ੍ਰੇਕ ਲੈਣੀ ਪੈਣੀ ਹੈ, ਮੈਂ ਅਫੋਰਡ ਨਹੀਂ ਕਰ ਸਕਦੀ ਫਰਦਰ ਸਟੱਡੀਜ਼, ਪਰ ਜਿਹੜੀ ਜੋਬ ਹੈ ਉਹ ਕਹਿ ਰਹੇ ਕਿ ਮੈਂ ਸ਼ਹਿਰ ਤੋਂ ਬਾਅਦ, ਮੇਰਾ ਦਿਲ ਵੀ ਕਰਦਾ ਕਿ ਮੈਂ ਥੋੜ੍ਹੀ ਦੇਰ ਨਾਲ ਦੂਰ ਚਲੀ ਜਾਂ ਘਰ ਤੋਂ, ਪਰ ਫਿਰ ਮੈਨੂੰ ਇੱਕ ਬੜੀ ਚੀਜ਼, ਇੱਕ ਫਿਕਰ ਔਰ ਖਿੱਚ ਰਹਿੰਦੀ ਹੈ ਕਿ ਘਰ ਦਾ ਕੀ ਹੋਏਗਾ, ਬੱਚਿਆਂ ਦਾ ਕੀ ਹੋਏਗਾ, ਜਿਹੜੇ ਛੋਟੇ ਭੈਣ ਭਰਾ ਨੇ ਉਹ ਮੇਰੇ 'ਤੇ ਡਿਪੈਂਡ ਕਰਦੇ ਨੇ ਬੜੀਆਂ ਚੀਜ਼ਾਂ 'ਤੇ, ਆਪ ਵੀ ਇੰਡੀਪੈਂਡੈਂਟ ਨੇ ਪਰ ਮੇਰੇ ਤੋਂ ਬਹੁਤ ਚੀਜ਼ਾਂ 'ਤੇ ਡਿਪੈਂਡ ਕਰਦੇ ਨੇ। ਸੋ ਫਿਕਰ ਔਰ ਉਹ ਮੈਨੂੰ ਇਹ ਦੱਸੋ ਕਿ ਮੈਂ ਕੀ ਕਰਾਂ, ਕਿ ਮੈਂ, ਮੈਨੂੰ ਲੱਗਦਾ ਮੇਰੇ ਕਰੀਅਰ ਵਾਸਤੇ ਅੱਛਾ ਹੈ, ਮੇਰੇ ਵਾਸਤੇ ਅੱਛਾ ਹੈ, ਆਫਟਰ ਆਲ ਕਹਿੰਦੀ ਹੈ ਕਿ 2-3 ਸਾਲਾਂ ਬਾਅਦ ਮੈਂ ਵਿਆਹ ਵੀ ਤਾਂ ਕਰਾਂਗੀ, ਤਾਂ ਵੀ ਤਾਂ ਇਸ ਘਰ ਤੋਂ ਜਾਵਾਂਗੀ, ਬਟ ਹੁਣ ਇਹ ਡਿਸਾਈਡ ਕਰਨਾ, ਜਦਕਿ ਮੈਨੂੰ 1-2 ਓਪਰਚੁਨਿਟੀਜ਼ ਮੇਰੇ ਹੱਥ ਵਿੱਚ ਹੈ, ਜਿਹੜੀ ਯੂ ਨੋ ਬਾਹਰ ਜਾ ਕੇ ਮੈਂ ਉੱਥੇ ਵਿਜ਼ਿਟ ਕਰਨ ਗਈ ਸੀ, ਮੇਰੀ ਫਰੈਂਡ ਉਸ ਸ਼ਹਿਰ 'ਚ ਹੈ, ਵਿਜ਼ਿਟ ਕਰਨ ਗਈ ਸੀ, ਸ਼ਹਿਰ ਬਹੁਤ ਅੱਛਾ ਹੈ ਐਂਡ ਜੋਬ ਵੀ ਉੱਥੇ ਮਿਲ ਰਹੀ ਹੈ ਮੈਨੂੰ, ਪਰ ਮੈਂ ਜੋਬ ਛੱਡ, ਇੱਥੇ ਘਰ ਛੱਡ ਕੇ ਉੱਥੇ ਚਲੀ ਜਾਵਾਂ ਕਿ ਇੱਥੇ ਹੀ ਰਹਾਂ, ਇੱਥੇ ਹੀ ਕਰਾਂ, ਫਿਰ ਮੈਨੂੰ ਇੱਕ ਚੀਜ਼ ਹਮੇਸ਼ਾ ਇਹੀ ਰਹੇਗੀ ਕਿ ਮੈਂ ਸਾਰੀਆਂ ਚੀਜ਼ਾਂ ਪਿੱਛੇ ਆਪਣੇ ਆਪ ਨੂੰ ਮਤਲਬ ਐਕਸਪਲੋਰ ਨਹੀਂ ਕੀਤਾ, ਕਰੀਅਰ ਦੀ ਜਿਹੜੀ ਓਪਰਚੁਨਿਟੀ ਮਿਲ ਰਹੀ ਹੈ ਉਹਨੂੰ ਮੈਂ ਅਵੇਲ ਨਹੀਂ ਕੀਤਾ। ਸੋ ਇਹ ਮਨ ਵਿੱਚ ਰਹੇਗਾ ਜ਼ਰੂਰ। ਫਿਰ ਇੱਕ ਵਾਰੀ ਵਿਆਹ ਹੋ ਜਾਂਦਾ ਅਤੇ ਇੱਕ ਜਗ੍ਹਾ 'ਤੇ ਬੰਦਾ ਫਸ ਜਾਂਦਾ ਹੈ, ਆਲ ਦੈਟ ਸ਼ੀ ਇਜ਼ ਟਾਕਿੰਗ ਅਬਾਊਟ। ਸੋ ਸਾਰੇ ਜ਼ਰੂਰ ਕਾਲ ਕਰੋ ਇਹਨਾਂ ਨੂੰ ਕਿ ਲੱਗਦਾ ਹੈ ਕਿ ਕੁੜੀ ਬੜੀ ਸਿਆਣੀ ਹੈ, ਬੜੀ ਸਮਝਦਾਰ ਹੈ, ਪਰ ਰਾਈਟ ਨਾਓ ਜੋ ਕੌਨਫਲਿਕਟ ਹੈ ਕਿ ਇੱਕ ਪੇਰੈਂਟ ਦਾ ਜਿਵੇਂ ਜ਼ਿੰਮੇਵਾਰੀ ਉਹ ਸਮਝ ਰਹੀ ਆਪਣੀ, ਨਾ ਹਾਲੇ ਕਿ ਪੇਰੈਂਟ ਨਹੀਂ ਹੈ, ਵੱਡੀ ਸਿਸਟਰ ਹੈ, ਔਰ ਉਹਨੂੰ ਲੱਗਦਾ ਕਿ ਮੈਨੂੰ ਮੇਰੇ ਪੇਰੈਂਟਸ ਅਵੇਲੇਬਲ ਨਹੀਂ ਸੀਗੇ,
ਤੇ ਇਹਨਾਂ ਦੋਨਾਂ ਦੇ ਵਾਸਤੇ ਵੀ ਅਗਰ ਅਵੇਲੇਬਲ ਨਹੀਂ ਹੋਣਗੇ ਤੇ ਕਿਤੇ ਇਕੱਲੇ ਨਾ ਪੈ ਜਾਣ। ਸੋ ਮੈਨੂੰ ਕੀ ਕਰਨਾ ਚਾਹੀਦਾ, ਜਦ ਕਿ ਜਿਹੜੀ ਓਪਰਚੁਨਿਟੀ ਸ਼ੇਅਰ ਕਰ ਰਹੀ ਹੈ ਉਹ ਕਾਫੀ ਅਟਰੈਕਟਿਵ ਹੈ, ਬਹੁਤ ਅੱਛੀ ਓਪਰਚੁਨਿਟੀ ਹੈ ਜਿਹੜੀ ਉਹਨੂੰ ਮਿਲ ਰਹੀ ਹੈ, ਕਿਉਂਕਿ ਖਾਲੀ ਗ੍ਰੈਜੂਏਟ ਦੇ ਵਿੱਚ ਉਹਨੂੰ ਲੱਗਦਾ ਕਿ ਉਹ ਜਦੋਂ ਆਪਣੇ ਸ਼ਹਿਰ ਵਿੱਚ ਜੋਬ ਮਿਲ ਲੱਭੇਗੀ ਤੇ ਇੱਕ ਮੀਡੀਅਮ ਸਾਈਜ਼ ਫਰਮਸ ਦੇ ਵਿੱਚ ਉਹਨੂੰ ਜੋਬ ਮਿਲੇਗੀ। ਪਰ ਜਿਹੜੀ ਦੂਸਰੇ ਸ਼ਹਿਰ ਦੇ ਵਿੱਚ ਕਿਸੇ ਦੀ ਅਪਰੋਚ ਕਰਕੇ ਉਹ ਜੋਬ ਮਿਲੀ ਹੈ, ਉਹ ਕਾਫੀ ਪਹਿਲੇ ਹੀ ਇੱਕ ਅੱਛੇ ਲੈਵਲ ਤੋਂ ਯੂਨੋ ਸਟਾਰਟ ਕਰੇਗੀ ਤੇ ਫਿਰ ਅੱਗੇ ਵਧਣ ਦਾ ਮੌਕਾ ਮਿਲੇਗਾ। ਸੋ ਉਹ ਓਪਰਚੁਨਿਟੀ ਹੈਗੀ ਹੈ ਜਿਹੜੀ ਕਿ ਇੱਕ ਵੀ ਨਹੀਂ ਦੋ ਓਪਰਚੁਨਿਟੀਜ਼ ਇਸ ਵੇਲੇ ਉਹਨੂੰ ਮਿਲ ਰਹੀਆਂ ਉਸ ਤਰ੍ਹਾਂ ਦੀਆਂ। ਸੋ ਇਹ ਸੋਚ ਰਹੀ ਕਿ ਸ਼ਹਿਰ ਛੋੜ ਕੇ ਆਪਣਾ ਵਾਸਤੇ ਅੱਛਾ ਹੈ ਜ਼ਰੂਰ ਚਲੀ ਜਾਵਾਂ, ਕਿ ਵਿਲ ਇਟ ਬੀ ਸੈਲਫਿਸ਼। ਜ਼ਰੂਰ ਕਾਲ ਕਰਕੇ ਇਹਦੇ ਨਾਲ ਗੱਲ ਕਰੋ। ਆਈ ਨੋ ਮਾਈ ਹਾਰਟ ਗੋਜ਼ ਆਊਟ ਟੂ ਹਰ ਕਿ ਯੂਨੋ ਇੱਕ ਛੋਟੀ ਉਮਰ ਦੇ ਵਿੱਚ ਜਦੋਂ ਕਿ ਬੱਚੇ ਯੂਨੋ ਪੜ੍ਹ ਰਹੇ ਹੁੰਦੇ ਆ, ਆਪਣੇ ਬਾਰੇ ਸੋਚ ਰਹੇ ਹੁੰਦੇ ਆ, ਉਸ ਵੇਲੇ ਇਹਨੂੰ ਸਾਰੇ ਪਰਿਵਾਰ ਦਾ ਫਿਕਰ ਹੈ, ਸਿਚੁਏਸ਼ਨ ਇਸ ਤਰ੍ਹਾਂ ਦੀ ਹੋਣੀ ਹੈ। ਬਟ ਓਵਰਆਲ ਇੱਕ ਖਾਸ ਤੌਰ 'ਤੇ ਗਿਲਾ, ਸਾਰਿਆਂ ਦਾ ਸਿਚੁਏਸ਼ਨ ਸ਼ੇਅਰ ਕਰੀਏ ਪਰ ਖਾਸ ਤੌਰ 'ਤੇ ਗਿਲਾ ਇਹਨਾਂ ਦਾ ਹੈਗਾ ਆਪਣੇ ਫਾਦਰ ਤੋਂ। ਕਹਿੰਦੇ ਕਿ ਉਹ ਸਾਡੇ ਵਾਸਤੇ ਕਦੀ ਅਵੇਲੇਬਲ ਨਹੀਂ ਹੋਏ, ਉਹ ਪ੍ਰੋਵਾਈਡ ਕਰਦੇ ਨੇ ਜਿੰਨਾ ਮਿਹਨਤ ਕਰਦੇ ਨੇ, ਯੂਨੋ ਉਂਜ ਕਾਇੰਡ ਹੈ, ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕੁਛ ਕਹਿੰਦੇ ਆ ਸਾਨੂੰ, ਪਰ ਟਾਈਮ ਕਦੀ ਸਾਨੂੰ ਉਹਨਾਂ ਦਾ ਮਿਲਿਆ ਨਹੀਂ ਕਿ ਹਾਂ ਬਈ ਉਹ ਹੋਣ ਅਤੇ ਅਸੀਂ ਸੋਚੀਏ ਕੋਈ ਆਈਡੀਆਜ਼ ਸ਼ੇਅਰ ਕਰ ਸਕੀਏ ਜਾਂ ਟਾਈਮ ਸ਼ੇਅਰ ਕਰ ਸਕੀਏ ਜਾਂ ਈਵਨ ਪੈਸੇ ਆਪਣੇ ਵਾਸਤੇ ਜਿੰਨਾ ਕੁ ਉਹਨਾਂ ਨੇ ਘਰ ਦੀ ਗਰੋਸਰੀ ਪਾਣੀ ਹੈ ਉਹ ਠੀਕ ਹੈ, ਪਰ ਕਦੀ ਉਹਨਾਂ ਨੂੰ ਇਹ ਨਹੀਂ ਆਇਆ ਕਿ ਬਈ ਮੈਂ ਕੋਈ ਚੀਜ਼ ਲੈ ਦਾਂ ਜਾਂ ਤੂੰ ਇੰਨੀ ਔਖੀ ਹੋ ਕੇ ਇਹ ਕਰ ਰਹੀ ਹੈ, ਚੱਲ ਮੈਂ ਇਹਦੇ 'ਚ ਕੰਟਰੀਬਿਊਟ ਕਰ ਦਾਂਗਾ ਤੂੰ ਕਰ ਲੈ। ਸੋ ਇਹ ਸਾਰੇ ਗਿਲੇ ਉਹਨਾਂ ਨੂੰ ਆਪਣੇ ਫਾਦਰ ਤੋਂ ਵੀ ਹੈਗੇ ਹੈ। ਐਂਡ ਜਿਹੜੀ ਉਹ ਸ਼ੇਅਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਹੋਣ ਦਿਓ ਠੀਕ ਹੈ, ਯੂਨੋ ਸਾਰਿਆਂ ਨੂੰ ਪਲੀਜ਼ ਮੈਨੂੰ ਦੱਸਣ ਕਿ ਇਸ ਵੇਲੇ ਮੈਂ ਕੀ ਕਰਨਾ ਚਾਹੀਦਾ, ਕਿਉਂਕਿ ਮਦਰ ਤਾਂ ਭਾਵੇਂ ਉਹਨਾਂ ਦਾ ਸਿਚੁਏਸ਼ਨ ਸ਼ੇਅਰ ਕੀਤੀ ਹੈ ਬਟ ਸਿੰਪਥੀ ਕਾਫੀ ਉਹਨਾਂ ਦੀ ਮਦਰ ਵੱਲ ਜਾ ਰਹੀ ਹੈ। ਕਹਿ ਰਹੇ ਕਿ ਪਹਿਲੇ ਕਾਫੀ ਬਿਮਾਰ ਸੀਗੇ ਫਿਰ ਵੀ ਉਹ ਕੋਸ਼ਿਸ਼ ਇਹੀ ਕਰਦੇ ਸੀ ਕਿ ਮੇਰੀ ਹੈਲਪ ਕਰਨ, ਹੁਣ ਘੱਟ ਯੂਨੋ ਹੁਣ ਢਿੱਲੇ ਨਹੀਂ ਨੇ ਇੰਨੇ, ਬਟ ਸਟਾਈਲ ਇੰਝ ਹੋ ਗਿਆ ਕਿ ਮੈਨੂੰ ਲੱਗਦਾ ਕਿ ਮੈਂ ਫਟਾਫਟ ਕਰ ਦਿੰਦੀ ਹਾਂ ਔਰ ਉਹਨਾਂ ਨੂੰ ਟਾਈਮ ਲੱਗਦਾ ਹੈ, ਉਹ ਯੂਨੋ ਹੁਣ ਏਜ ਵੀ ਹੋ ਰਹੀ ਹੈ ਸੋ ਉਹ ਉਨਾ ਜ਼ਿਆਦਾ ਨਹੀਂ ਕਰ ਸਕਦੇ। ਸ਼ੀ ਇਜ਼ ਅ ਹਾਊਸ ਵਾਈਫ, ਉਹ ਕੰਮ ਨਹੀਂ ਕਰਦੇ। ਸੋ ਮਾਂ ਦੇ ਵਾਸਤੇ ਵੀ ਕਈ ਚੀਜ਼ਾਂ ਜਿਹੜੀਆਂ ਕਿ ਉਹਨਾਂ ਨੂੰ ਲੱਗਦਾ ਕਿ ਪਿਓ ਸ਼ਾਇਦ ਉਹਨੂੰ ਲਗਜ਼ਰੀ ਸਮਝੇ ਜਾਂ ਫਜ਼ੂਲ ਖਰਚੀ ਸਮਝੇ, ਉਹਨਾਂ ਨੂੰ ਲੱਗਦਾ ਕਿ ਇਹ ਉਹਨਾਂ ਨੂੰ ਜ਼ਰੂਰ ਪ੍ਰੋਵਾਈਡ ਕਰਨ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਜ਼ਰੂਰ ਕਾਲ ਕਰਕੇ ਦੱਸੋ। ਲੈਟ ਮੀ ਸੀ ਸਾਰੇ ਕੀ ਕਹਿ ਰਹੇ ਨੇ ਤੇ ਮੈਂ ਪਹਿਲੇ ਕਾਲ ਲੈ ਲੈਂਦੀ ਹਾਂ ਇਹਨਾਂ ਨੂੰ ਪੁੱਛਦੀ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਥੈਂਕ ਯੂ ਸੋ ਮੱਚ ਫੋਰ ਕਾਲਿੰਗ। ਬਹੁਤ ਵਧੀਆ ਕਿ ਤੁਹਾਡੀ ਕਾਲ ਮਿਲ ਗਈ, ਤੁਸੀਂ ਕਰ ਰਹੇ ਹੋ, ਤੁਸੀਂ ਨਾਲ ਜੁੜੇ ਹੋਏ ਹੋ, ਥੈਂਕ ਯੂ ਸੋ ਮੱਚ। ਥੈਂਕ ਯੂ ਜੀ ਤੁਹਾਡੇ ਲਈ ਤੇ ਇਹ ਬੜਾ ਅੱਛਾ ਸਵਾਲ ਪੁੱਛ ਰਹੀ ਹੈ। ਹਾਂਜੀ, ਕਈ ਚੀਜ਼ਾਂ ਸੋਚੀਆਂ ਹੈਗੀਆਂ ਇਹਨੇ, ਮੈਂ ਕਵਾਂਗੀ ਇਹਨੂੰ ਜਿਹੜੀ ਓਪਰਚੁਨਿਟੀ ਹੈਗੀ ਆ ਨਾ ਕੰਮ ਦੀ, ਹਾਂਜੀ, ਉਹ ਨਾ ਮਿਸ ਆਊਟ ਕਰੇ। ਓਕੇ, ਕਈ ਵਾਰੀ ਇਹੀ ਜੀ ਓਪਰਚੁਨਿਟੀ ਦੁਬਾਰਾ ਨਹੀਂ ਮਿਲਦੀ ਹੈਗੀ। ਅੱਛਾ ਜੀ, ਹਾਂ, ਤੇ ਏਜ ਵੀ ਬਹੁਤ ਬੜੀ ਅੱਛੀ ਆ, ਹੁਣ ਥੋੜਾ ਵੈਂਚਰ ਆਊਟ ਕਰੇ, ਥੋੜਾ ਬਾਹਰ ਜਾਏ, ਥੋੜਾ ਆਪਣੇ ਆਪ ਦਾ ਯੂਨੋ ਸਿੱਖਿਆ ਤਜਰਬਾ ਜਿਹੜਾ ਕੰਮ ਤੋਂ ਮਿਲੇਗਾ ਨਾ, ਤੇ ਐਕਸਪੀਰੀਅੰਸ ਮਿਲੇਗਾ ਆਪਣਾ ਬਾਹਰ ਕਿਤੇ ਰਹਿਣ ਦਾ ਮੌਕਾ, ਉਹ ਕਈ ਕੁਛ ਇਹਦੇ ਸਿਖਾ ਦੇਗਾ, ਐਡਵਾਂਟੇਜਸ ਉਹਦੇ ਪੋਜ਼ਿਟਿਵ ਹੈਗੇ ਆ, ਤੇ ਉਹ ਲੈ ਕੇ ਪੜ ਕੇ ਉਧਰ ਜਾਏ ਤੇ ਠੀਕ ਆ। ਉਹਨਾਂ ਦਾ ਭਰਾਵਾਂ ਦਾ ਫਿਕਰ ਹੈਗਾ, ਇੱਕ ਭਰਾ ਇੱਕ ਭੈਣ ਹੈ, ਦੋ ਹੈਗੇ ਆ ਦੋਨੋਂ ਯੂਨੋ ਛੋਟੇ ਭਰਾ। ਹਾਂਜੀ, ਆਪਣੇ ਆਪ ਨੂੰ ਵੱਡੀ ਭੈਣ ਸਮਝ ਕੇ ਨਾ, ਠੀਕ ਆ, ਜੋ ਇਮੋਸ਼ਨਲ ਮੇ ਵੀ ਠੀਕ ਆ, ਫਾਦਰ ਨਹੀਂ ਜਾਂ ਫਾਈਨੈਂਸ਼ਲੀ ਨਹੀਂ ਰਹੇ, ਇਸ ਚੀਜ਼ ਦਾ ਇਹਨੂੰ ਸਭ ਤੋਂ ਜ਼ਿਆਦਾ ਫਿਕਰ ਹੈਗਾ ਨਾ ਭਰਾਵਾਂ ਲਈ, ਉਹ ਮੇ ਵੀ ਬੈਠ ਕੇ ਜੇ ਉਹ ਭਰਾਵਾਂ ਨਾਲ ਗੱਲ ਕਰੇ, ਓਕੇ, ਜੇ ਉਹ ਦੋਨੋਂ ਥੋੜੀ ਜਿਹੀ ਮਾਂ ਦੀ ਹੈਲਪ ਕਰ ਸਕਦੇ ਆ, ਯੂਨੋ ਠੀਕ ਆ, ਉਹ ਹੁਣ ਬੈਟਰ ਹੈਗੇ ਆ, ਪਰ ਉਹ ਇੱਦਾਂ ਇਕੱਲੇ ਰਹਿ ਕੇ ਮੰਮੀ ਦੇ ਨਾਲ ਆਪਣੇ ਆਪ ਹੀ ਸਾਰੇ ਸੰਭਾਲਣਗੇ, ਆਪੇ ਹੀ ਸਿੱਖਣਗੇ, ਜੇ ਜੋ ਕਰਨਾ ਪੈਂਦਾ ਉਹ ਕਰਨਗੇ। ਤੇ ਹੁਣ ਅੱਜ ਕੱਲ ਸੋਸ਼ਲ ਮੀਡੀਆ ਹੈਗੀ ਆ, ਆਪਣਾ ਕਲੋਜ਼ ਕੰਟੈਕਟ ਜ਼ਰੂਰ ਰੱਖਣ, ਤੇ
ਤਰ੍ਹਾਂ ਵੀ ਉਹ ਭਰਾਵਾਂ ਨਾਲ ਕਮਿਊਨੀਕੇਟ ਕਰ ਸਕਦੇ ਆ, ਸਕਾਈਪ ਕਰਨ ਜਿਸ ਤਰ੍ਹਾਂ ਵੀ, ਜੀ ਤੇ ਉਹ ਨਾ ਜਿੰਨਾ ਇਨਵੋਲਵ ਰਹਿ ਸਕਦੇ ਠੀਕ ਆ, ਉਹ ਕਰਨ, ਜਿਹੜੀਆਂ ਚੀਜ਼ਾਂ ਤੇ ਮਤਲਬ ਕੰਸਰਨ ਹੈਗੇ ਆ ਬੈਠ ਕੇ ਜੀ ਭਰਾਵਾਂ ਨਾਲ ਡਿਸਕਸ ਕਰਨਾ ਵੀ, ਆਈ ਥਿੰਕ ਉਹ ਚੀਜ਼ਾਂ ਆਪੇ ਹੀ ਵਰਕਆਊਟ ਹੋ ਜਾਂਦੀਆਂ ਤੇ ਉਹ ਸਿੱਖ ਲੈਣਗੇ ਤੇ ਹੌਲੀ ਹੌਲੀ ਉਹ ਵੀ ਉਹਨਾਂ ਲਈ ਅੱਛਾ ਮੌਕਾ ਹੈਗਾ। ਠੀਕ ਹੈ, ਨਹੀਂ ਹੈਗੀ ਆਪਣੇ ਆਪ ਉਹ ਕਰਨਾ ਪਏਗਾ, ਉਹ ਕਰ ਲੈਣਗੇ। ਠੀਕ ਹੈ ਜਸਪ੍ਰੀਤ, ਬਹੁਤ ਵਧੀਆ। ਹੋਰ ਵੀ ਕੁਛ ਧਿਆਨ ਆਏ ਡਿਸਕਸ਼ਨ ਵੇਲੇ ਤੇ ਜ਼ਰੂਰ ਕਾਲ ਬੈਕ ਕਰੋ, ਔਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੋਣੀ ਹੈ, ਤੁਸੀਂ ਇਸੇ ਤਰ੍ਹਾਂ ਕਾਲ ਕਰਦੇ ਰਹੋ।
फिर स्वागत है ਸਾਡੇ ਨਾਲ ਜੁੜੇ ਹੋਏ ਨੇ ਮਿਸਿਸ ਗ੍ਰੇਵਾਲ। ਮਿਸਿਸ ਗ੍ਰੇਵਾਲ ਵੈਲਕਮ ਬੈਕ, ਐਂਡ ਦੱਸੋ ਕੀ ਕਹਿੰਦੇ ਹੋ ਤੁਸੀਂ ਇਹਦੇ ਬਾਰੇ। ਹਾਂਜੀ ਹਾਂਜੀ, ਮੈਂ ਤਾਂ ਕਹਿੰਦੀ ਆ ਵੀ ਜੇ ਗੁੱਡੀ ਨੂੰ ਉੱਥੇ ਜੌਬ ਮਿਲਦੀ ਆ, ਬਾਹਰ ਮਿਲਦੀ ਆ, ਆਰਾਮ ਨਾਲ ਗੁੱਡੀ ਜਾਵੇ ਜੌਬ ਤੇ, ਜਦ ਉੱਥੋਂ ਆਉਂਦੀ ਆ। ਇਹ ਨਾ ਕਈ ਵਾਰ ਜੀਨ ਚ ਹੁੰਦੇ ਆ, ਮੈਂ ਤੁਹਾਨੂੰ ਪਹਿਲਾਂ ਗੱਲ ਕਰਦੀ ਸੀ, ਜੀਨ ਚ ਹੁੰਦੇ ਆ ਉਹ, ਵੈਸੇ ਨਿਆਣੇ ਨੂੰ ਸਭ ਕੁਛ ਦੇਣਾ, ਪਰ ਇੱਕ ਨਾ ਬਿਠਾ ਕੇ ਨਾ, ਜਿਵੇਂ ਆਪਾਂ ਕਹਿੰਦੇ ਹੁੰਦੇ ਧੀ ਦੇ ਕਦੇ ਸਿਰ ਤੇ ਹੱਥ ਰੱਖ ਕੇ ਨੀ ਪੁੱਛਣਾ, ਪੁੱਤ ਤੂੰ ਕਿਵੇਂ, ਤੁਹਾਡੀ ਜਿਵੇਂ ਆ, ਜਿਵੇਂ ਅੱਜ ਜ਼ਿੰਦਗੀ ਤੁਹਾਡੀ ਕਿਵੇਂ ਲੰਘਦੀ ਆ, ਕੀ ਤੂੰ ਸਕੂਲ ਚ ਪੜ੍ਹਦੀ ਆ, ਕੀ ਤੂੰ ਕਰਦੀ ਆ, ਕੀ ਤੇਰੀ ਜੌਬ ਆ, ਇਹ ਨਹੀਂ ਪੁੱਛਦੇ ਕਈ। ਪਰ ਮੈਂ ਇੱਕ ਨਾ ਕਹਿਣੀ ਉਹ ਗੁੱਡੀ ਨੂੰ ਵੀ, ਜਦ ਹੁਣ ਬਾਹਰ ਜੌਬ ਤੇ ਜਾਊਗੀ, ਆ ਕੇ ਨਾ ਆਪਣੇ ਪਾਪਾ ਨੂੰ ਦੱਸਿਆ ਕਰੇ ਵੀ ਪਾਪਾ ਉੱਥੇ ਮੈਂ ਜੌਬ ਕਰਦੀ ਹਾਂ, ਉੱਥੇ ਮੈਨੂੰ ਇੱਕਣੇ ਮਿਲਦੇ ਆ, ਇੱਕਣ ਪੈਸੇ ਮਿਲਦੇ ਆ, ਇੱਕਣ ਪਾਪਾ ਮੈਨੂੰ ਵਧੀਆ ਲੱਗਦਾ। ਫਿਰ ਆਪਣੇ ਆਪ ਸਭ ਕੁਛ ਸੈੱਟ ਹੋ, ਜਦ ਇਹ ਆਪ ਜੌਬ ਤੋਂ ਬਾਹਰ ਜਾਊਗੀ, ਆਪਣੇ ਆਪ ਸਭ ਕੁਛ ਸੈੱਟ ਹੋ ਜਾਣਾ, ਨਿਆਣੇ ਦੇ ਵੀ ਸੈੱਟ ਹੋ ਜਾਣਾ, ਉਹਨਾਂ ਨੇ ਆਪ ਵੀ ਭਾਜੀ ਨੇ ਸੈੱਟ ਹੋ ਜਾਣਾ। ਇਹ ਕਈ ਵਾਰ ਇਹ ਜੀਨ ਚ ਹੁੰਦਾ, ਮੈਂ ਤਾਂ ਬਹੁਤ ਇਹੋ ਜਿਹੇ ਦੇਖੇ ਹੋਏ ਆ ਅਰਵਿੰਦ ਇਹ ਕੰਮ। ਪਰ ਵੀ ਨਾ ਜਿਵੇਂ ਬਸ ਧੀ ਪੁੱਤ ਨੂੰ ਇਹ ਨੀ ਕਹਿਣਾ ਹੈਗਾ ਵੀ ਤੂੰ ਕੀ ਕਰਦਾ ਕਿਵੇਂ ਨਹੀਂ ਕਰਦਾ, ਇਹ ਕਿਉਂਕਿ ਜਿਹੜਾ ਅੱਜ ਦਾ ਟਾਈਮ ਹੈ, ਅੱਜ ਕੱਲ ਵੀ ਉਹ ਤਾਂ ਵੀ ਸਭ ਕੁਛ ਨਿਆਣੇ ਭਾਲਦੇ ਨੇ, ਪਰ ਇਹ ਬਹੁਤਾ ਭਾਲਦੇ ਨੇ ਪੁੱਤ ਤੁਸੀਂ ਕਿਵੇਂ ਕੀ ਕਰਦੇ। ਰਾਈਟ, ਐਕਸਪੈਕਟੇਸ਼ਨਸ ਬਦਲ ਗਈਆਂ। ਹਾਂਜੀ ਹਾਂਜੀ ਹਾਂਜੀ, ਉਹ ਟਾਈਮ ਚੇਂਜ ਹੋ ਗਏ। ਵੈਸੇ ਨਾ ਇਹ ਗੁੱਡੀ ਬਾਹਰ ਜਾਵੇ ਸਭ ਕੁਛ ਸੈੱਟ ਆ ਜਾਣਾ। ਓਕੇ ਠੀਕ ਹੈ। ਸੋ ਜਿਹੜਾ ਉਹਨਾਂ ਨੂੰ ਆਪਣੇ ਭੈਣ ਭਰਾ ਛੋਟਿਆਂ ਦਾ ਕੰਸਰਨ ਹੈ, ਤੁਹਾਨੂੰ ਲੱਗਦਾ ਕਿ ਉਹ ਠੀਕ ਰਹਿਣਗੇ, ਆਲ ਇਜ਼ ਗੁੱਡ? ਹਾਂਜੀ, ਉਹ ਜੇ ਇੱਕਣਾ ਨਾ ਵੀ ਹਫਤੇ ਬਾਅਦ ਆਊਗੀ, 10 ਦਿਨ ਹੀ ਆਊਗੀ, 20 ਦਿਨ ਹੀ ਮੁੜ ਕੇ ਆਊਗੀ, ਫਿਰ ਆਪੇ ਸਭ ਕੁਛ ਜਦ ਆ ਕੇ ਦੱਸੂਗੀ ਹਾਂ ਪਾਪਾ ਇੱਕਣ ਕਰ ਲਾ। ਵੀ ਜੇ ਨਾ ਉਹ ਥੋੜੇ ਦੂਰ ਹੈ, ਇਹ ਆਪ ਵਿੱਚ ਬਣਨਾ ਨਿਆਣੇ, ਇਹ ਆਪਣੇ ਆਪ ਸੈੱਟ ਆ ਜਾਣਾ ਸਭ ਕੁਛ। ਬਹੁਤ ਵਧੀਆ, ਥੈਂਕ ਯੂ ਸੋ ਮਚ ਮਿਸਿਸ ਗ੍ਰੇਵਾਲ। ਸੋ ਇਹਨਾਂ ਕਿ ਗੈਟ ਇਨਵੋਲਵਡ, ਆਪਣੇ ਬਾਰੇ ਜਿੰਨਾ ਤੁਸੀਂ ਦੱਸੋ, ਇਹ ਵੀ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਐਕਸਪੈਕਟੇਸ਼ਨਸ ਹੈਗੀਆਂ ਕਿ ਜਿਵੇਂ ਇਹਨਾਂ ਨੇ ਕਿਹਾ ਨਾ ਕਿ ਕਈ ਹੁੰਦੇ ਹੀ ਇੰਜ ਹੈ, ਪਰਸਨੈਲਿਟੀਜ਼ ਇੰਜ ਹੁੰਦੀਆਂ, ਬਿਕੋਜ਼ ਬਚਪਨ ਤੋਂ ਸ਼ਾਇਦ ਉਹਨਾਂ ਨੂੰ ਇਹੀ ਪਤਾ ਹੈ ਕਿ ਸਾਡਾ ਰੋਲ ਇਹ ਹੈ, ਉਸ ਤੋਂ ਜ਼ਿਆਦਾ ਨਹੀਂ ਪਤਾ। ਸੋ ਅਗਰ ਬੱਚੇ ਚਾਹੁੰਦੇ ਹੈ ਕਿ ਜ਼ਿਆਦਾ ਇਨਵੋਲਵਮੈਂਟ ਹੋਏ, ਤਾਂ ਆਪਣੇ ਆਪ ਇਨਵੋਲਵ ਕਰੋ, ਵੀ ਆਪਣੀ ਜ਼ਿੰਦਗੀਆਂ ਦੇ ਵਿੱਚ ਇਨਵੋਲਵ ਕਰੋ, ਮਾਂ ਪਿਓ ਨੂੰ ਆ ਕੇ ਦੱਸੋ ਕਰੋ। ਸੋ ਮਤਲਬ ਯੂ ਨੋ ਦੋਨੋਂ ਪਾਸੇ, ਕਿਉਂਕਿ ਹੁੰਦਾ ਇਹੀ ਹੈ ਕਿ ਇੱਕ ਪਾਸੋਂ ਨਹੀਂ ਹੁੰਦਾ ਤਾਂ ਦੂਜਾ ਦੂਸਰਾ ਪਾਸਾ ਵੀ ਕਹਿੰਦਾ ਕਿ ਫਿਰ ਦੂਰੀਆਂ ਵੱਧਦੀਆਂ ਰਹਿੰਦੀਆਂ। ਸੋ ਅਗਰ ਤੁਸੀਂ ਐਕਸਪੈਕਟ ਕਰ ਰਹੇ ਹੋ, ਦੈਨ ਡੂ ਅ ਲਿਟਲ ਬਿਟ ਆਫ ਦੈਟ। ਔਰ ਜਿਵੇਂ ਇਹ ਕਹਿ ਰਹੇ ਨੇ ਕਿ ਸਭ ਠੀਕ ਹੋਏਗਾ, ਕੰਸਰਨ ਜਿਹੜਾ ਛੋਟਿਆਂ ਦਾ ਵੀ ਹੈ, ਐਂਡ ਇੱਕ ਪੁਆਇੰਟ ਉਹ ਵੀ ਹੈ ਕਿ ਜਿਵੇਂ ਇਹ ਜ਼ਰੂਰਤ ਜਿਹੜੇ ਕਹਿੰਦੇ ਨੇ ਨਾ ਕਿ ਹਮੇਸ਼ਾ ਮਦਰ ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ, ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਆਪੇ ਸਿਖਾਉਂਦੀ ਹੈ, ਜ਼ਰੂਰਤ ਆਪੇ ਸਿਖਾਉਂਦੀ ਹੈ। ਸੋ ਉਹ ਦੋਨੋਂ ਬੱਚੇ ਵੀ ਆਪੇ ਸਿੱਖ ਜਾਣਗੇ ਜਿਵੇਂ ਇਹ ਸਿੱਖ ਗਏ ਨੇ। ਇਹ ਵੀ ਇਹਨਾਂ ਨੂੰ ਥੋੜ੍ਹਾ ਧਿਆਨ ਰੱਖੇ। ਹੋਰ ਦੇਖਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ? ਪਹਿਲਾਂ ਤੇ ਜਿਹੜੀ ਤੁਸੀਂ ਅੱਜ ਪ੍ਰੋਗਰਾਮ ਨਾਮ ਲਾ, ਮੈਂ ਤੁਹਾਡੀ ਸੋਚ ਤੇ ਉਸ ਬਿਟੀਆ ਦੀ ਸੋਚ ਦਾ ਧੰਨਵਾਦੀ ਹਾਂ। ਥੈਂਕ ਯੂ ਸੋ ਮਚ। ਤੁਸੀਂ ਵੀ ਸੋਚ ਲਿਆ ਤੇ ਧਾਰਮਿਕ ਤੇ ਸਮਾਜ ਤੇ ਗ੍ਰਿਸ਼ਤੀ ਮਾਰਗ ਨੂੰ ਧਿਆਨ ਦੇ ਰਹੇ ਹੋ ਤੇ ਉਹ ਇਸ ਉਮਰ ਚ ਸਾਰੀ ਗੱਲ ਦਾ ਧਿਆਨ, ਮੈਂ ਤੁਹਾਡੀ ਗੱਲ ਸੁਣੀ ਆ ਜੀ, ਇਸ ਗੱਲ ਨੂੰ ਉਹ ਅੱਜ ਧਿਆਨ ਚ ਰੱਖਦੀ ਆ ਉਹ ਬਿਟੀਆ ਦੇ, ਮੈਂ ਤੇ ਤੁਹਾਡੇ ਦੁਬਾਰਾ ਕਹਿੰਦਾ ਵੀ ਦੋਵਾਂ ਦੇ ਸ਼ਾਬਾਸ਼ ਆ। ਬਿਲਕੁਲ, ਆਈ ਐਗਰੀ ਬਿਲਕੁਲ ਜੀ, ਇਹਨਾਂ ਦੀ ਇਸ ਕੁੜੀ ਦੀ ਸ਼ਾਬਾਸ਼ੀ ਹੈਗੀ ਹੈ ਕਿ ਇਸ ਉਮਰ ਦੇ ਵਿੱਚ ਉਹਨੂੰ ਸਾਰਿਆਂ ਦਾ ਫਿਕਰ ਹੈ। ਹਾਂਜੀ, ਤੇ ਬਾਕੀ ਜਿਹੜੇ ਬਾਕੀ ਕੌਲਰ ਆਏ ਉਹਨਾਂ ਕੌਲਰਾਂ ਦੇ ਸਾਰਿਆਂ ਦੇ ਮੈਂ ਨਾਲ ਉਹੋ ਹੀ ਮੇਰਾ ਵੀ ਪਹਿਲਾ ਸਵਾਲ ਆ ਜੀ, ਉਹਨੂੰ ਜੌਬ ਬਿਲਕੁਲ ਨਹੀਂ ਛੱਡਣੀ ਚਾਹੀਦੀ, 100% ਉਸ ਜੌਬ ਨੂੰ ਜੁਆਇਨ ਕਰਨਾ ਚਾਹੀਦਾ। ਠੀਕ ਹੈ, ਬਹੁਤ ਵਧੀਆ। ਜਦੋਂ ਉਹ ਜੁਆਇਨ ਕਰ ਲੈਣਗੇ ਨਾ, ਉਹ ਇਹਨਾਂ ਦੇ ਜਦੋਂ ਹੱਥ 'ਚ ਪੈਸਾ, ਉਹ ਸਿਆਣੇ ਕਹਿੰਦੇ ਜਿਹਦੇ ਘਰ 'ਚ ਦਾਣੇ ਤੇ ਉਹਦੇ ਕਮਲੇ ਵੀ ਸਿਆਣੇ। ਸਹੀ ਕਹਿ, ਹਾਂਜੀ, ਚਿੰਤਾ ਤੇ ਫਿਕਰ ਤੇ ਵਿਚਾਰ, ਇਹ ਦੋ ਤਿੰਨ ਚੀਜ਼ਾਂ ਵਾਢੋ ਵਾਢਿਆ, ਉਹ ਚਿੰਤਾ ਛੱਡ ਦੇਵੇ, ਫਿਕਰ ਵੀ ਛੱਡ ਦੇਵੇ, ਉਹ ਬਿਟੀਆ ਵਿਚਾਰ ਰੱਖੇ ਵੀ ਮੈਂ ਇਹਨਾਂ ਦਾ ਧਿਆਨ ਰੱਖਣਾ ਤੇ ਜਦੋਂ ਉਹ ਜੌਬ ਕਰੂਗੀ ਉਹਦੇ ਕੋਲ ਪੈਸੇ ਹੋਣਗੇ, ਵੀਰਾਂ ਨੂੰ ਆਪਦਿਆਂ ਨੂੰ ਵੀ ਮੈਂ ਆਹ ਕੰਮ ਕਰਕੇ ਉਹਨਾਂ ਨੂੰ ਸਮਝਾ ਕੇ, ਤੇ ਜਿਹੜੀ ਡੈਡੀ ਵਾਲੀ ਗੱਲ ਆ ਉਹ ਫਿਰ ਮੈਂ ਵੀ ਉੱਥੇ ਹੀ ਆਉਂਦਾ, ਉਹਨਾਂ ਨੂੰ ਕਹਿਣਗੇ ਡੈਡੀ ਜੀ ਵੀ ਮੈਂ ਆਹ ਕੰਮ ਕਰਦੀ ਹਾਂ ਥੋੜਾ ਬੜਾ, ਤੁਸੀਂ ਵੀ ਧਿਆਨ ਦਿਆ ਕਰੋ, ਹੁਣ ਮੇਰੇ ਵੱਲ ਵੀ ਤੁਸੀਂ ਧਿਆਨ ਰੱਖੋ। ਦੂਜੀ ਅਗਲੀ ਗੱਲ ਆ, ਇੱਥੇ ਜਿੱਥੇ ਉਹਦਾ ਪਿਛਲਾ ਭਵਿੱਖ ਆ, ਉਹਦੀ ਜ਼ਿੰਦਗੀ ਦਾ ਗ੍ਰਿਸ਼ਤ ਦਾ ਮਾਰਗ ਮੋਰਲਾ, ਉਹਦੀ ਜ਼ਿੰਦਗੀ ਦਾ ਭਵਿੱਖ ਚੱਲਣ ਵਾਲਾ, ਉਹਦੀ ਜਿਹੜੀ ਜੌਬ ਆ ਉਹ ਵੀ ਗ੍ਰਿਸ਼ਤੀ ਜੀਵਨ ਉਹਦੀ ਦੀ ਅਗਲੀ ਦੀ ਨੀਂਹ ਆ, ਤੇ ਜੇ ਜੌਬ ਵੀ ਸੰਭਾਲ ਲਈ ਵਿਚਾਰਨਾ
ਤੇ ਆਉਣ ਵਾਲਾ ਸਮਾਂ ਸਾਰਾ ਹੀ 100% ਬਾਗੋ ਬਾਗ ਹੋ ਜਾਣਾ ਤੇ ਮੈਂ ਫਿਰ ਤੁਹਾਡੀ ਤੇ ਉਹਨਾਂ ਦੀ ਸੋਚ ਨੂੰ ਧੰਨਵਾਦ ਕਹਿੰਦਾ ਹੋਇਆ ਰਵਿੰਦਰ ਜੀ ਮੇਰਾ ਨਾਂ ਅਰਜਨ ਸਿੰਘ ਅਜਾਣਿਆ ਤੇ ਸਤਿ ਸ੍ਰੀ ਅਕਾਲ ਕਰਦਾ ਤੇ ਤੁਹਾਡਾ ਧੰਨਵਾਦ ਕਰਦਾ ਇੱਕ ਮੈਂ ਅੱਗੇ ਵੀ ਤੁਹਾਨੂੰ ਬੇਨਤੀ ਕੀਤੀ ਸੀ ਜੀ ਜਿਹੜਾ ਤੁਸੀਂ ਪ੍ਰੋਗਰਾਮ ਦਿੰਦੇ ਨੂੰ ਜਾਈ ਨਾ ਜਾਣਦੇ ਮੈਨੂੰ ਲੱਗਦਾ ਹੈ ਕਿ ਤੁਸੀਂ ਇਹਦੀ ਗਿਣਤੀ ਨਹੀਂ ਰੱਖਦੇ ਇਹਦੇ ਚ ਤੁਸੀਂ ਤੇ ਗਣੇਸ਼ ਬੁਕਸ ਤੁਹਾਡਾ ਨਾਂ ਆਉਣ ਵਾਲਾ ਵਾ ਸਿਫਾਰਿਸ਼ ਕਰਦਾ ਤੁਹਾਡੇ ਕੋਲ ਡਾਕੂਮੈਂਟੇਸ਼ਨ ਤੁਸੀਂ ਕਿਹਾ ਸੀ ਬਿਲਕੁਲ ਅਸੀਂ ਡਾਕੂਮੈਂਟੇਸ਼ਨ ਆ ਯੂ ਨੋ ਕੋਸ਼ਿਸ਼ ਤਾਂ ਹੈਗੀ ਹੈ ਕਿ ਇੱਕ ਡਿਜੀਟਲ ਆਰਕਾਈਵਸ ਹੁੰਦੀ ਹੈ ਰਹਿਣ ਬਟ ਤੁਸੀਂ ਸਹੀ ਕਹਿੰਦੇ ਉਹਦੇ 'ਚ ਅਸੀਂ ਕਿਤੇ ਚੁੱਕੇ ਵੀ ਹੋਏ ਹਾਂ ਹਾਂ ਤੇ ਇਹ ਵੀ ਪਤਾ ਲੱਗੇ ਨਾਲ ਇਹ ਦੱਸ ਵੀ ਦਿਆ ਕਰੋ ਇੰਨੇ ਕੌਲਰਾਂ ਦੇ ਤੁਹਾਡੇ ਸੰਯੋਗ ਨਾਲ ਇੰਨੀਆਂ ਸਮਰੱਥਾ ਮਿਲੀਆਂ ਵਾ ਤੇ ਸਾਰਿਆਂ ਦਾ ਧੰਨਵਾਦ ਤੁਹਾਨੂੰ ਤੰਦਰੁਸਤੀ ਦੇਵੇ ਤੇ ਇੱਦਾਂ ਹੀ ਸੇਵਾ ਕਰਦੇ ਰਹੋ ਅਰਜਨ ਸਿੰਘ ਅੰਜਾਣਾ ਤੋਂ ਇਹਨਾਂ ਹੀ ਸ਼ਬਦਾਂ ਨਾਲ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਫੋਰ ਜੁਆਇਨਿੰਗ ਔਰ ਤੁਹਾਡੇ ਜਿਹੜੇ ਯੂ ਨੋ ਤਜਰਬੇ ਦਾ ਔਰ ਇੰਨੇ ਸਹਿਜ ਵਿੱਚ ਸਾਰੀ ਗੱਲ ਤੁਸੀਂ ਸਮਝਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਅਰਵਿੰਦ ਜੀ ਮੈਂ ਅੱਜ ਦੇ ਵਿਸ਼ੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੀ ਹਾਂ ਹਾਂਜੀ ਹਾਂਜੀ ਸਵਾਗਤ ਹੈ ਕੌਣ ਬੋਲ ਰਹੇ ਹੋ ਜੀ ਮੇਰਾ ਨਾਮ ਜੀ ਜ਼ਰੂਰ ਪੁੱਛਣਾ ਨਹੀਂ ਕੋਈ ਜ਼ਰੂਰੀ ਨਹੀਂ ਹੈ ਤੁਹਾਡੀ ਮਰਜ਼ੀ ਹੈ ਦੱਸੋ ਮੇਰੀ ਇਹ ਸਲਾਹ ਹੈ ਕਿ ਅਪਰਚੂਨਿਟੀ ਕਦੇ ਕਦੇ ਮਿਲਦੀ ਹੈ ਉਹਨੂੰ ਆਪਣਾ ਮੌਕਾ ਨਹੀਂ ਗਵਾਉਣਾ ਚਾਹੀਦਾ ਜਿਵੇਂ ਸਾਰਿਆਂ ਨੇ ਕਿਹਾ ਜੀ ਦੂਜੀ ਗੱਲ ਮੈਂ ਇਹ ਕਹਿਣੀ ਹੈ ਵੀ ਜੇ ਉਹ ਥੋੜਾ ਭੈਣ ਭਰਾਵਾਂ ਤੇ ਬੋਝ ਪਾਏਗੀ ਤੇ ਆਪਣੇ ਆਪ ਆਪਣੀ ਲੋੜ ਨੂੰ ਸਿਆਣੇ ਇਹਦੇ ਵਾਂਗੂ ਬਣਨਗੇ ਅੱਜ ਕੱਲ ਫੋਨਾਂ ਨਾਲ ਇੱਕ ਦੂਜੇ ਨਾਲ ਕੰਟੈਕਟ ਕਰਕੇ ਡੇਲੀ ਪਤਾ ਲੈਂਦੀ ਰਹੇ ਉਹਨਾਂ ਦਾ ਤਾਂ ਜੋ ਉਹਨਾਂ ਵਿੱਚ ਵੀ ਇਹ ਆਪਣੇ ਵਾਲਾ ਗੁਣ ਭਰ ਸਕੇ ਉਹ ਜਦੋਂ ਉਹਨਾਂ ਦੇ ਸਿਰ ਪੈਣਗੀਆਂ ਉਹ ਆਪੇ ਹੀ ਸਿਆਣੇ ਹੋਣਗੇ ਵੱਡੀ ਭੈਣ ਵੱਲ ਵੇਖ ਵੇਖ ਕੇ ਤੇ ਆਪਣੇ ਫਿਊਚਰ ਨੂੰ ਦਾ ਤੇ ਨਾ ਲਾਵੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਕਿਉਂਕਿ ਬਹੁਤ ਅੱਛੀ ਗੱਲ ਹੈ ਕਿ ਇੱਕ ਮਤਲਬ ਇੱਕ ਇਹਨਾਂ ਵੇ ਉਹ ਟ੍ਰੇਨ ਕਰਨਾ ਸ਼ੁਰੂ ਕਰਦੇ ਉਹਨਾਂ ਨੂੰ ਵੀ ਉਹਨਾਂ ਤੇ ਜ਼ਿੰਮੇਵਾਰੀਆਂ ਪਾਵੇ ਮਤਲਬ ਉਹ ਕਹਿੰਦੇ ਨਾ ਕਿ ਇਟਸ ਈਜ਼ੀਅਰ ਕਈ ਜਿਹਨਾਂ ਜਿਹੜੇ ਬਹੁਤ ਸੁਚੱਜੇ ਹੁੰਦੇ ਨੇ ਕਰਨ ਵਾਲੇ ਹੁੰਦੇ ਨੇ ਉਹ ਤ੍ਰਿਖੇ ਵੀ ਹੁੰਦੇ ਨੇ ਜਿਹੜੇ ਫਟਾਫਟ ਕੰਮ ਕਰਨ ਵਾਲੇ ਉਹਨਾਂ ਨੂੰ ਲੱਗਦਾ ਕਿ ਹਾਏ ਮੈਂ ਯੂ ਨੋ ਫਟਾਫਟ ਕਰ ਦਾਂਗੀ ਇਹ ਜਿਹੜਾ ਹੈ ਬੜਾ ਟਾਈਮ ਲਾ ਕੇ ਕਰਨਗੇ ਸੋ ਉਸ ਤੋਂ ਬੈਟਰ ਹੈ ਲਾਉਣ ਦਿਉ ਟਾਈਮ ਸਿੱਖਣ ਦਿਉ ਦੂਜਿਆਂ ਨੂੰ ਵੀ ਕਰਨ ਦਿਉ ਡੈਲੀਗੇਟ ਕਰੋ ਥੋੜ੍ਹੀ ਰਿਸਪੋਂਸੀਬਿਲਿਟੀਜ਼ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਐਂਡ ਦੈਨ ਜਿਸ ਤਰ੍ਹਾਂ ਸਾਰਿਆਂ ਨੇ ਕਿਹਾ ਕਿ ਸਟੇ ਇਨਵੋਲਵਡ ਭਾਵੇਂ ਤੁਸੀਂ ਬਾਹਰ ਫਿਜ਼ੀਕਲੀ ਦੂਰ ਵੀ ਜਾਓਗੇ ਸਟੇ ਵੈਰੀ ਇਨਵੋਲਵਡ ਜਾਂਦੇ ਹੋ ਕਰ ਇਹ ਕੀਤਾ ਕਿ ਨਹੀਂ ਕੀਤਾ ਔਰ ਤੁਸੀਂ ਕਿਸ ਤਰ੍ਹਾਂ ਹੋ ਜਿਵੇਂ ਤੁਸੀਂ ਮਿਸ ਕਰ ਰਹੇ ਹੋ ਕਿ ਯੂ ਨੋ ਮੇਰੇ ਨਾਲ ਬੈਠ ਕੇ ਪੁੱਛਣ ਤਾਂ ਸਹੀ ਕਿ ਹਾਂ ਬਈ ਤੇਰੀ ਜ਼ਿੰਦਗੀ 'ਚ ਕੀ ਚੱਲ ਰਿਹਾ ਉਹ ਤੁਸੀਂ ਸਟੇ ਇਨਵੋਲਵਡ ਵਿਦ ਦ ਯੰਗਰ ਕਿਡਸ ਸੋ ਹੋਰ ਕੀ ਸਲਾਹ ਹੈ ਜ਼ਰੂਰ ਦੱਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਸਸਿਕਾਲ ਜੀ ਹਾਂਜੀ ਗਿਆਨ ਸਿੰਘ ਜੀ ਦੱਸੋ ਕੀ ਕਹਿੰਦੇ ਹੋ ਮੈਂ ਵੈਸੇ ਚਲੋ ਬਹੁਤ ਸਿਆਣੇ ਲੋਕ ਤੁਹਾਡੇ ਕੋ ਤਾਂ ਸਲਾਹਾਂ ਦੇਣ ਵਾਲੇ ਇਹ ਜਿਹੜਾ ਲੜਕੀ ਜਿਹੜੀ ਕੁਐਸਚਨ ਕਰ ਰਹੀ ਹੈਗੀ ਆ ਜੀ ਇਹ ਜਿਹੜਾ ਬਾਪ ਇਹਦਾ ਕਿਸ ਤਰ੍ਹਾਂ ਕਿਉਂ ਨੇ ਫੈਮਿਲੀ ਚਲਾ ਰਿਹਾ ਕੀ ਉਹ ਚ ਨੁਕਸ ਕੱਢਦੀ ਹੈ ਜੀ ਨੁਕਸ ਇੰਨਾ ਕੀ ਹੈ ਸਿਰਫ ਉਹ ਕਹਿੰਦੇ ਕਿ ਮਿਹਨਤ ਕਰਦਾ ਆਪਣਾ ਜਾਂਦਾ ਉਸ ਤੋਂ ਬਾਅਦ ਜ਼ਿਆਦਾ ਤੋਂ ਜ਼ਿਆਦਾ ਆਪਣਾ ਜਿੱਥੇ ਵੀ ਵਰਸ਼ਿਪ ਕਰਦੇ ਹਨ ਜਿੱਥੇ ਯੂ ਨੋ ਗੁਰਦੁਆਰਾ ਮੰਦਿਰ ਚਰਚ ਜਿੱਥੇ ਜਾਂਦੇ ਨੇ ਉੱਥੇ ਜਾਂਦੇ ਨੇ ਬਹੁਤ ਜ਼ਿਆਦਾ ਟਾਈਮ ਉੱਥੇ ਨਿਕਾਲਦਾ ਆਪਣੇ ਘਰ ਵਾਸਤੇ ਟਾਈਮ ਨਹੀਂ ਹੈ ਬੱਚਿਆਂ ਵਾਸਤੇ ਟਾਈਮ ਨਹੀਂ ਕਹਿੰਦੀ ਮੈਨੂੰ ਆਪਣਾ ਬਚਪਨ ਵੀ ਇਹੀ ਯਾਦ ਹੈ ਕਿ ਮੇਰੇ ਵਾਸਤੇ ਉਹਨਾਂ ਕੋਲ ਕਦੀ ਟਾਈਮ ਨਹੀਂ ਸੀ ਨਹੀਂ ਠੀਕ ਹੈ ਚਲੋ ਤੇ ਜੇ ਜੇ ਕੰਮ ਕਰਦਾ ਤੇ ਕੁਝ ਖਰਚਾ ਦਿੰਦਾ ਘਰ ਵਾਲਿਆਂ ਨੂੰ ਕੋਈ ਵੀ ਨਹੀਂ ਦਿੰਦਾ ਹਾਂਜੀ ਨਹੀਂ ਨਹੀਂ ਖਰਚਾ ਕਰਦਾ ਖਰਚਾ ਚੁੱਕ ਰਹੇ ਹੈ ਬਾਕੀ ਪਰਸਨਲ ਜਿਹੜੀ ਹੁੰਦੀ ਹੈ ਉਹ ਕੋਈ ਖਾਸ ਨਹੀਂ ਉਹ ਆਪ ਹੀ ਉਹਨੇ 9th ਗ੍ਰੇਡ ਤੋਂ ਇਹਨੇ ਆਪ ਹੀ ਆਪਣਾ ਕੀਤਾ ਹੈ ਹਾਂ ਠੀਕ ਹੈ ਚਲੋ ਜੀ ਸੁਭਾਅ ਹੁੰਦੇ ਵੱਖਰੇ ਵੱਖਰੇ ਅਰਵਿੰਦ ਜੀ ਬਹੁਤ ਤਰ੍ਹਾਂ ਦੇ ਬੰਦੇ ਹੈਗੇ ਆ ਬਿਲਕੁਲ ਉਹ ਸੁਭਾਅ ਕਰਕੇ ਉਹ ਜਿੱਦਾਂ ਦਾ ਸੁਭਾਅ ਬਣ ਗਿਆ ਉਹਦਾ ਹਨਾ ਬਹੁਤੇ ਜ਼ਿੰਮੇਵਾਰੀ ਸਮਝਦੇ ਹੀ ਨੇਗੇ ਬੱਚੇ ਪੈਦਾ ਕਰਨ ਤੇ ਕਰੀ ਆ ਤਾਂ ਸਵਾਲ ਤੇ ਨਹੀਂ ਚਲੋ ਲੜਕੀ ਇਹ ਸਿਆਣੇ ਹੀ ਆ ਹੁਣ ਜਿਹੜਾ ਦਾ ਲੜਕੀ ਦਾ ਬੜਾ ਭਰਾ ਦੋ ਆ ਛੋਟੇ ਦੇ ਹਾਂਜੀ ਇੱਕ ਭੈਣ ਇੱਕ ਭਰਾ ਛੋਟੇ ਨੇ ਮਿਡਲ ਸਕੂਲ ਤੇ ਹਾਈ ਸਕੂਲ ਜਾਣਗੇ ਭੈਣ ਭਰਾ ਛੋਟੇ ਠੀਕ ਹੈ 8-9 ਸਾਲ ਦਾ ਭਰਾ ਵੱਡਾ ਹੈ
ਇਹ ਮੈਨੂੰ ਨਹੀਂ ਪਤਾ, ਪਰ ਇਹ ਇੱਕੋ ਜਿਹੇ ਨੇ ਆਲਮੋਸਟ, ਪਰ ਇਹਨਾਂ ਤੋਂ 8-9 ਸਾਲ ਛੋਟੇ ਨੇ। ਇਸ ਤਰ੍ਹਾਂ ਕਰੇ ਨਾ ਫਿਰ, ਹੁਣ ਲੜਕੀ ਇਹ ਜਿੱਦਾਂ ਆਪ ਇਹਨੇ ਸਭ ਕੁਛ ਆਪ ਹੀ ਕੀਤਾ, ਆਪ ਹੀ ਚਲਾਇਆ, ਘਰ ਨੂੰ ਸਾਂਭਿਆ, ਤੇ ਉਹਨਾਂ ਨੂੰ ਵੀ ਇਸ ਲਈ ਤੇ ਲਿਆ ਕੇ ਵੀ ਇਹ ਗੱਲ ਸਮਝਾਵੇ ਵੀ ਦੇਖੋ ਏਦਾਂ ਘਰ ਮੈਂ ਚਲਾਇਆ, ਤੁਸੀਂ ਮੇਰੀ ਹੁਣ ਸਪੋਰਟ ਮੈਨੂੰ ਕਰੋ, ਆਪਾਂ ਰਲ ਕੇ ਅੱਗੇ ਘਰ ਚਲਾਈਏ, ਹਨਾ, ਜੇ ਆਸ ਨਹੀਂ ਬਾਪ ਤੋਂ ਹੈਗੀ ਤਾਂ। ਤੇ ਜਿਸ ਤਰ੍ਹਾਂ ਇਹ ਦੇਖੋ 5-7 ਸਾਲ ਤੁਸੀਂ ਜਿਵੇਂ ਦੱਸਦੇ ਹੋ ਕੰਮ ਕਰਕੇ ਘਰ ਚਲਾਇਆ ਹਰ ਤਰ੍ਹਾਂ, ਤੇ ਹੁਣ ਤਾਂ ਬੱਚੇ ਤਕਰੀਬਨ ਵੱਡੇ ਹੋ ਹੀ ਗਏ ਸਮਝ ਲਓ, ਫਿਰ 10 ਸਾਲ ਦਾ ਜੇ ਫਰਕ ਹੋਇਆ ਤਾਂ ਵੀ ਕੋਈ ਨਹੀਂ, 15-16 ਸਾਲ ਦੇ ਹੋ ਹੀ ਗਏ ਹੋਊਗੇ, ਹਨਾ ਜੀ। ਤੇ ਉਹਨਾਂ ਨੂੰ ਹੀ ਸਮਝਾ ਬਜਾ ਕੇ ਇਸ ਲਈ ਤੇ ਲਿਆਵੇ। ਹੁਣ ਬਹੁਤ ਪਰਿਵਾਰ ਅਰਵਿੰਦ ਜੀ ਜਿਹਨਾਂ ਦੇ ਬਾਪ ਹੈ ਹੀ ਨੀਗੇ, ਵੀ ਪਰਿਵਾਰ ਚੱਲਦੇ ਹੀ ਆ, ਚਲਾਉਂਦਾ ਪਰਮਾਤਮਾ ਵਾ, ਆਪਾਂ ਕਹਿ ਹੀ ਦਿੰਦੇ ਜੀ ਮੈਂ ਚਲਾ ਰਿਹਾ, ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ। ਪਰਮਾਤਮਾ ਨੇ ਸਾਰੇ ਇਹ ਰਸਤੇ ਰੱਖੇ ਹੋਏ ਹਰ ਇੱਕ ਲਈ, ਜਿਹੜਾ ਜਿਹੜਾ ਕਿਸੇ ਦੇ ਜੁੰਮੇ ਲੱਗਿਆ ਹੋਣ ਕਰਕੇ ਤੁਰ ਜਾਣਾ ਚੱਲ ਜਾਣਾ। ਤੇ ਸੋ ਇਹ ਉਹਨਾਂ ਬੱਚਿਆਂ ਨੂੰ ਹੁਣ ਇਹੀ ਸਮਝਾਵੇ ਵੀ ਜਿੱਦਾਂ ਮੈਂ ਆਪਣਾ ਘਰ ਚਲਾਇਆ, ਆਪਣਾ ਆਪ ਅੱਗੇ ਤੁਰੀ ਆ, ਤੁਸੀਂ ਵੀ ਮੇਰੇ ਮੁਤਾਬਕ ਚੱਲੋ ਕਰੋ, ਹਨਾ, ਉਹਨਾਂ ਨੂੰ ਸਮਝਾਵੇ, ਹਨਾ। ਤੇ ਗੱਡੀ ਚੱਲਦੀ ਰਹਿਣੀ ਆ, ਬਾਕੀ ਆਫਟਰ ਆਲ ਵਿਆਹ ਤੇ ਇਹਨੇ ਕਰਨਾ ਹੀ ਹੈਗਾ, ਕਰਨਾ ਚਾਹੀਦਾ ਵੀ ਹੈਗਾ, ਜੇ ਚਲੋ ਅਜੇ 25-26-27 ਦੀ ਹੋ ਗਈ ਹੋਊਗੀ, ਹੋਰ 2-4 ਸਾਲ ਚ ਨਿਕਲ ਸਕਦੇ ਆ, ਤੇ ਉਹ ਵੀ ਅਰੇਂਜ ਕਰੇ। ਦੂਜੇ ਨੰਬਰ ਤੇ ਇਹ ਵੀ ਹੋ ਸਕਦਾ ਹੈ ਵੀ ਜਿੱਥੇ ਕੋਈ ਮੈਰਿਜ ਕਰੇ, ਜੇ ਕੋਈ ਸੂਟੇਬਲ ਮੈਚ ਮਿਲੇ, ਤੇ ਉਹਨਾਂ ਨੂੰ ਆਪਣੀ ਅਸਲੀਅਤ ਦੱਸ ਕੇ ਮਿਲੇ ਕਰੇ ਵੀ ਥੋੜੀ ਜਿਹੀ ਮੇਰੀ ਜ਼ਿੰਮੇਵਾਰੀ ਹੈਗੀ ਆ, ਵੀ ਨਾਲ ਸਹਿਯੋਗ ਦਊਂਗੇ, ਵੀ ਜਾਤੀ ਮੇਰੇ ਬੱਚੇ ਛੋਟੇ ਆਪਣੇ ਪੈਰਾਂ ਤੇ ਨਹੀਂ ਹੁੰਦੇ, ਤੇ ਇਹੀ ਇੱਕ ਹੱਲ ਹੈਗਾ। ਜੇ ਹੁਣ ਪਤਾ ਵੀ ਬਾਪ ਨੇ ਨਹੀਂ ਸਾਥ ਦਿੱਤਾ, ਇਹ ਵੀ ਹੋ ਸਕਦਾ ਜੇ ਵਿਆਹ ਕਰਾ ਲਵੇ ਤੇ ਬਾਅਦ ਦੇ ਵਿੱਚ ਬਾਪ ਨੂੰ ਵੀ ਸੁਰਤ ਆਈ ਜਾਵੇ ਆਪਣਾ ਘਰ ਸੰਭਾਲ ਲੈਂਦੀ, ਠੀਕ ਨੀ, ਕੋਈ ਫਿਜ਼ੀਕਲੀ ਥੋੜੋ ਕਮਜ਼ੋਰ ਹੈਗਾ, ਸੁਭਾਅ ਕਰਕੇ ਹੈਗਾ, ਹਨਾ, ਹਾਂਜੀ, ਓਦਾਂ ਥੋੜੋ ਹੈਗਾ, ਚਲੋ ਮਾਂ ਤਾਂ ਕਮਜ਼ੋਰ ਹੋ ਗਈ, ਉਹ ਸ਼ਾਇਦ ਕਈ ਵਾਰੀ ਮੁੜੇ ਆਉਂਦਾ ਹੁੰਦਾ ਬੰਦਾ ਜਿਹੜੇ ਜ਼ਿੰਮੇਵਾਰੀ ਪਵੇ, ਜੇ ਲੜਕੀ ਥੋੜੀ ਪਿਛਾਂ ਹੋ ਜਾਵੇ, ਜਿਵੇਂ ਹੁਣ ਡੈਡੀ ਹੁਣ ਤੁਸੀਂ ਸੰਭਾਲਣਾ ਵੀ ਮੈਂ ਤੇਨਾਂ ਚਿਰ ਸੰਭਾਲ ਦਿੱਤਾ, ਕਈ ਵਾਰੀ ਬੰਦਾ ਮੋੜ ਵੀ ਪਾ ਲੈਂਦਾ ਹੈਗਾ, ਦਿਲ ਨਾ ਛੱਡੇ, ਚਲਦਾ ਚਲਾਵੇ, ਬੱਚਿਆਂ ਨੂੰ ਇਹੀ ਸਮਝਾਵੇ ਵੀ ਮੈਂ ਵੀ ਚਲਾਇਆ, ਤੁਸੀਂ ਵੀ ਕੋਸ਼ਿਸ਼ ਕਰੋਗੇ ਆਪਾਂ ਆਪਣੇ ਆਪ ਤੇ ਆਪ ਹੀ ਚਲਾਈਏ। ਇਹੋ ਜਿਹਾ ਇਸ ਮੁਲਕ ਵਿੱਚ ਕੋਈ ਹੈ ਹੀ ਨੀ ਕਮੀ, ਇਹੋ ਜਿਹੀ ਕੋਈ ਜੋਬਾਂ ਮਿਲਦੀਆਂ, ਸਾਰੇ ਸਹੂਲਤਾਂ ਮਿਲਦੀਆਂ ਹੈਗੀਆਂ, ਤੇ ਇਸ ਕਰਕੇ ਆਪਾਂ ਤੇ ਇਹੀ ਰਾਏ ਦੇਵਾਂਗੇ ਵੀ ਇਹ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ, ਜਿੱਦਾਂ ਪਿੱਛੋਂ ਲਿਖਾ ਕੇ ਆਏ ਆ ਉਹ ਜਿਹਦੇ ਭੋਗ ਹੀ ਜਾਂਦੇ ਆਪਾਂ। ਬਹੁਤ ਲੜਕੀਆਂ ਨੇ ਘਰ ਚਲਾਏ ਆ, ਮਾਂ ਬਾਪ ਸਿਰ ਤੇ ਨਾ ਹੁਣ ਬੱਚੇ ਪਾਲੇ, ਹਰ ਤਰ੍ਹਾਂ ਦੇ ਬੰਦੇ ਤੁਹਾਨੂੰ ਪਤਾ ਹੈਗੇ ਹੀ ਆ ਜੀ। ਬਿਲਕੁਲ ਬਿਲਕੁਲ ਗਿਆਨ ਸਿੰਘ ਜੀ, ਥੈਂਕ ਯੂ ਸੋ ਮਚ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਸੋ ਜਿਸ ਤਰ੍ਹਾਂ ਇਹ ਵੀ ਯਾਦ ਕਰਾ ਰਹੇ ਨੇ ਕਿ ਕਈ ਪੇਰੈਂਟਸ ਇਹ ਤਾਂ ਹੁਣ ਜਿਵੇਂ ਐਬਸੈਂਟ ਹੁੰਦੇ ਹੋਏ, ਯੂ ਨੋ ਕਿ ਪੂਰੇ ਅਵੇਲੇਬਲ ਨਹੀਂ ਹੈ, ਉਹਦਾ ਦੁੱਖ ਸ਼ਾਇਦ ਡਿਫਰੈਂਟ ਹੈ। ਅਫਕੋਰਸ ਬੜੀਆਂ ਹੈਗੀਆਂ ਜਿਹੜੀਆਂ ਕਿ ਤੁਸੀਂ ਵਾਕਈ ਫੈਮਿਲੀਜ਼ ਦੇ ਵਿੱਚ ਜਿਹੜੇ ਪੇਰੈਂਟਸ ਮਿਸਿੰਗ ਹੈ, ਮਤਲਬ ਉਹ ਫਿਜ਼ੀਕਲੀ ਹੈ ਹੀ ਨਹੀਂ ਹੈ, ਪੂਰੇ ਹੋ ਗਏ ਹੈ ਜਾਂ ਯੂ ਨੋ ਦੇ ਆਰ ਨੋਟ ਦੇਅਰ, ਉਹਦੇ ਵਿੱਚ ਸ਼ਾਇਦ ਇੱਕ ਡਿਫਰੈਂਟ ਤਰ੍ਹਾਂ ਦਾ ਦੁੱਖ ਹੈ, ਸਟਰਗਲ ਡਿਫਰੈਂਟ ਹੈ, ਯੂ ਨੋ ਹਰ ਤਰ੍ਹਾਂ ਨਾਲ ਇੱਕ ਸਰਵਾਈਵਲ ਸਟਰਗਲ ਹੈਗੀ ਹੈ ਕਿ ਦੂਸਰਾ ਸਿੰਪਥੀ ਦੂਸਰੀ ਤਰ੍ਹਾਂ ਮਿਲਦੀ ਹੈ ਜਦੋਂ ਤੁਸੀਂ ਉਹ ਚੀਜ਼ ਸ਼ੇਅਰ ਕਰਦੇ ਹੋ। ਇਹ ਸਿਚੁਏਸ਼ਨ ਦੇ ਵਿੱਚ ਤੁਸੀਂ ਮੋਸਟਲੀ ਸ਼ੇਅਰ ਨਹੀਂ ਕਰ ਸਕਦੇ ਕਿ ਹਾਂਜੀ ਮੇਰਾ ਪਿਓ ਜਿਹੜਾ ਹੈਗਾ ਉਹ ਮੇਰੇ ਵਾਸਤੇ ਅਵੇਲੇਬਲ ਨਹੀਂ, ਉਹਦੇ ਕੋਲ ਸਾਰਿਆਂ ਦੇ ਵਾਸਤੇ ਟਾਈਮ ਹੈ, ਮੇਰੇ ਕੋਲ ਨਹੀਂ ਹੈ। ਇਹ ਇੱਕ ਬੜੀ ਯੂ ਨੋ ਇਨਸਾਈਡ ਥੋੜ੍ਹਾ ਗਮ ਜਾਂ ਕਹਿ ਲਓ ਗਿਲਾ ਜਿਹੜਾ ਹੈਗਾ, ਇਹ ਆਮ ਤੌਰ 'ਤੇ ਕਿਸੇ ਨਾਲ ਸ਼ੇਅਰ ਨਹੀਂ ਹੋਏਗਾ। ਔਰ ਵਾਕਈ ਵੀ ਉਹ ਵੀ ਕੋਈ ਬੁਰਾ ਭਲਾ ਨਹੀਂ ਕਹਿ ਰਹੀ, ਪਿਓ ਨੂੰ ਕਾਇੰਡ ਪਰਸਨ ਹੈ, ਚੰਗਾ ਮਿਹਨਤੀ ਬੰਦਾ ਹੈ, ਆਪਣੇ ਵੱਲੋਂ ਬਹੁਤ ਕਰਦਾ ਹੈ, ਯੂ ਨੋ ਘਰ ਦਾ ਖਰਚਾ ਉਹ ਹੀ ਦੇ ਰਿਹਾ, ਪਰ ਇੰਨਾ ਕੁ ਨਹੀਂ ਹੈਗਾ ਉਹਦੇ ਕੋਲ ਜਾਂ ਇੰਨਾ ਨਹੀਂ ਦੇਣਾ ਚਾਹੁੰਦਾ ਜਿਹੜਾ ਕਿ ਕੋਈ ਇਹਦੇ ਹੱਥ ਵਿੱਚ ਜਾਂ ਮਾਂ ਦੇ ਹੱਥ ਵਿੱਚ ਆਪਣੀ ਜ਼ਰੂਰਤ ਵਾਸਤੇ ਕੋਈ ਹੋਏ। ਸੋ ਪੂਰਾ ਸੂਰਾ ਸਾਰਾ ਕੁਛ ਠੀਕ ਹੈ। ਸੋ ਯੂ ਨੋ ਬੇਸਿਕ ਜਿਹੜੀ ਉਹਨੂੰ ਗਿਲਾ ਹੈਗੀ, ਆਈ ਥਿੰਕ ਦੈਟਸ ਅ ਗੁੱਡ ਆਈਡੀਆ ਕਿ ਉਹ ਬੈਠ ਕੇ ਆਪਣੇ ਪਿਓ ਨਾਲ ਵੀ ਜ਼ਰੂਰ ਗੱਲ ਕਰੇ, ਅੱਛਾ ਰਹੇਗਾ। ਕਿਉਂਕਿ ਕਈ ਵਾਰੀ ਕਿੱਥੋਂ ਸ਼ੁਰੂਆਤ ਹੁੰਦੀ ਹੈ, ਜਿਸ ਤਰ੍ਹਾਂ ਗਿਆਨ ਸਿੰਘ ਜੀ ਨੇ ਕਿਹਾ, ਹੋਰਾਂ ਨੇ ਵੀ ਕਿਹਾ, ਪਰਸਨੈਲਿਟੀ ਬਣ ਜਾਂਦੀ ਹੈ। ਸੋ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਤੋਂ ਕੋਈ ਹੋਰ ਜਿਹੜਾ ਹੈ ਉਹ ਐਕਸਪੈਕਟ ਕਰ ਰਿਹਾ, ਕੁਛ ਹੋਰ ਪਰੇਸ਼ਾਨ ਹੋ ਰਿਹਾ ਉਸ ਗੱਲ ਕਰਕੇ। ਸੋ ਪਰੇਸ਼ਾਨੀ ਅਗਰ ਹੈਗੀ ਹੈ ਤਾਂ ਪਰੇਸ਼ਾਨੀ ਦਾ ਇਜ਼ਹਾਰ ਤਾਂ ਕਰੋ, ਕਮਿਊਨੀਕੇਟ ਤਾਂ ਕਰੋ ਕਿ ਮੈਨੂੰ ਇਸ ਚੀਜ਼ ਨਾਲ ਚੰਗਾ ਨਹੀਂ ਲੱਗਦਾ, ਯੂ ਨੋ ਮੈਂ ਇੰਜ ਕਰ ਰਹੀ ਇੰਜ ਕਰ ਰਹੀ ਹਾਂ, ਮੈਂ ਬੜੀ ਮੁਸ਼ਕਿਲ 'ਚ ਕਰ ਰਹੀ ਹਾਂ ਸਭ ਕੁਛ। ਉਹੀ ਜਿਵੇਂ ਸਭ ਕੁਛ ਸਾਂਭਿਆ ਹੋਇਆ, ਸਾਰੇ ਕਹਿ ਰਹੇ ਠੀਕ ਹੈ ਵੀ ਇਹ ਤਾਂ ਸਭ ਸਾਂਭ ਲੈਂਦੀ ਹੈ ਅਤੇ ਚੱਲੀ ਜਾ ਰਿਹਾ ਕੰਮ, ਪਰ ਆਪਣਾ ਹੱਥ ਖਿੱਚੋਗੇ ਤਾਂ ਆਪਣੇ ਆਪ ਯੂ ਨੋ ਉਹ ਜ਼ਰੂਰ ਬਾਕੀ ਦੇ ਕਰਨ ਲੱਗ ਜਾਣਗੇ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਕਾਲ ਜ਼ਰੂਰ ਕਰੋ।
ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਅਰਵਿੰਦ ਜੀ ਮੈਂ ਇੱਕ ਬੇਨਤੀ ਕਰਨੀ ਹੈ ਹਾਂਜੀ ਦੱਸੋ ਮੈਂ ਦੁਆਰਾ ਕਾਲ ਇਸ ਲਈ ਕੀਤੀ ਹੈ ਕਿ ਜੇ ਸੁਦਰਸ਼ਨ ਭੈਣ ਜੀ ਨੂੰ ਨੰਬਰ ਮੇਰਾ ਕਿਸੇ ਤਰ੍ਹਾਂ ਪਹੁੰਚਾ ਦਿਓ ਮੈਂ ਉਹਨਾਂ ਕੋਲੋਂ ਥੋੜੀ ਪੋਜ਼ਿਟਿਵਿਟੀ ਲੈਣੀ ਚਾਹੁੰਦੀ ਹਾਂ ਉਹਨਾਂ ਤੋਂ ਪੋਜ਼ਿਟਿਵਿਟੀ ਲੈਣਾ ਚਾਹੁੰਦੇ ਹੋ ਹਾਂਜੀ ਠੀਕ ਹੈ ਜੀ ਇਕੱਠੇ ਐਕਚੁਅਲੀ ਪੋਜ਼ਿਟਿਵਿਟੀ ਦੀ ਤਾਂ ਸਾਰਿਆਂ ਨੂੰ ਲੋੜ ਹੈ ਅਸੀਂ ਵੀ ਚੱਲਦੇ ਹਾਂ ਉੱਥੇ ਚਲੋ ਚੱਲੀਏ ਤਾਂ ਇਕੱਠੇ ਹੋ ਕੇ ਨਹੀਂ ਕਹਿਣ ਦਾ ਭਾਵ ਹੈ ਕਿ ਪੋਜ਼ਿਟਿਵਿਟੀ ਇੱਕ ਦੂਜੇ ਤੋਂ ਲੈਣ ਵਾਸਤੇ ਅਸੀਂ ਇੱਕ ਇੱਥੇ ਹੀ ਬੈਠ ਕੇ ਗੱਲ ਕਰ ਸਕਦੇ ਹਾਂ ਕਿਉਂਕਿ ਮੈਂ ਤਾਂ ਕਿਹਾ ਕਿ ਉਹ ਇੱਕ ਅੱਧੇ ਦਿਨ ਪਹਿਲੇ ਮੈਨੂੰ ਕਿਸੇ ਹੋਰ ਨੇ ਵੀ ਬੜਾ ਸਿਮਿਲਰ ਸਵਾਲ ਕੀਤਾ ਹੈ ਅੱਛਾ ਜੀ ਤੇ ਕਿ ਬਈ ਮੈਨੂੰ ਜੀ ਮਨ ਜਿਹੜਾ ਡਾਊਟ 'ਚ ਰਹਿੰਦਾ ਹੈ ਸੋ ਅਸੀਂ ਵਾਈ ਨੋਟ ਵੀ ਡੂ ਦਿਸ ਕਿ ਅਗਲੇ ਕਿਸੇ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਅਨਾਊਂਸ ਕਰ ਦਾਂਗੀ ਜਾਂ ਅਸੀਂ ਅਗਲੇ ਟਿਊਜ਼ਡੇ ਨੂੰ ਹੀ ਕਰ ਸਕਦੇ ਹਾਂ ਪੋਜ਼ਿਟਿਵਿਟੀ ਦੀ ਗੱਲ ਚਲੋ ਠੀਕ ਹੈ ਠੀਕ ਹੈ ਤਾਂ ਸੁਦਰਸ਼ਨ ਜੀ ਦੀ ਗੱਲਾਂ ਤਾਂ ਕਿ ਅਸੀਂ ਸਾਰੇ ਸੁਣ ਲਾਂਗੇ ਕਿਉਂਕਿ ਮੈਂ ਆਪਣੇ ਆਪ ਨੂੰ ਸਮਝਦੀ ਵੀ ਮੈਂ ਥੋੜ੍ਹੀ ਡਬਲ ਮਾਈਂਡਡ ਹਾਂ ਉਹ ਜਿਹੜੇ ਨੇ ਉਹ ਇੱਕ ਤਰਫਾ ਫੈਸਲਾ ਕਰਨ ਜੋ ਕਰਦੇ ਆ ਅੱਛਾ ਜੀ ਤੇ ਉਹਨਾਂ ਦਾ ਇਹ ਗੁਣ ਮੈਂ ਥੋੜ੍ਹਾ ਵੰਡਣਾ ਚਾਹੁੰਦੀ ਆਪਣੇ ਲਈ ਬਹੁਤ ਵਧੀਆ ਤਾਂ ਹੀ ਅਸੀਂ ਲਾਲਚੀ ਹੋ ਗਏ ਅਸੀਂ ਕਿਹਾ ਤੁਸੀਂ ਇਕੱਲੇ ਕਿਉਂ ਸਾਰੇ ਇਕੱਠੇ ਮਿਲ ਕੇ ਕਰਦੇ ਆ ਇਹ ਲਾਲਚੀ ਤੇ ਮਾਰਦਾ ਅਰਵਿੰਦ ਜੀ ਸਾਰਿਆਂ ਨੂੰ ਨਹੀਂ ਨਹੀਂ ਪਰ ਇਸ ਚੀਜ਼ ਦਾ ਲਾਲਚ ਚੰਗਾ ਹੈ ਇਹ ਚੰਗਾ ਹੈ ਹਾਂ ਕਿਉਂਕਿ ਅਸੀਂ ਜਦੋਂ ਲਾਲਚ ਕੀਤਾ ਹੈ ਤੇ ਅਸੀਂ ਸਾਰੇ ਕੰਟਰੀਬਿਊਟ ਵੀ ਕਰਾਂਗੇ ਉਹਦੇ ਚ ਹਿੱਸਾ ਵੀ ਪਾਵਾਂਗੇ ਤੇ ਕੱਢਾਂਗੇ ਵੀ ਜ਼ਰੂਰ ਜ਼ਰੂਰ ਅਸੀਂ ਸਾਰੀ ਉਮਰ ਕੁਛ ਨਾ ਕੁਛ ਸਿੱਖਣ ਦੇ ਚਾਹਵਾਨ ਹੋਣੇ ਚਾਹੀਦੇ ਆ ਜੀ 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 ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਿਆ ਇਸੇ ਤਰ੍ਹਾਂ ਕਾਲ ਕਰਦੇ ਰਿਹਾ ਕਰੋ ਤੇ ਅੱਜ ਵਾਸਤੇ ਬਸ ਇਹ ਹੀ ਜ਼ਰੂਰੀ ਹੈ ਕਿ ਕੁੜੀ ਬਿਲਕੁਲ ਸਾਰਿਆਂ ਦੀ ਇੱਕ ਮਤ ਸੀ ਕੋਈ ਦੋ ਮਤਾਂ ਵਾਲਾ ਗੱਲ ਨਹੀਂ ਆਈ ਕਿ ਬਈ ਜੋਬ ਨਾ ਕਰ ਸੋ ਇਹ ਤਾਂ ਦਿਮਾਗ 'ਚੋਂ ਕੱਢ ਦਿਓ ਜ਼ਰੂਰ ਆਪਣੀ ਜੋਬ ਲਵੋ ਤੁਸੀਂ ਆਪਣਾ ਐਂਡ ਦੇਰ ਇਜ਼ ਨਥਿੰਗ ਸੈਲਫਿਸ਼ ਅਬਾਊਟ ਇਟ ਉਹ ਕਹਿੰਦੇ ਨਾ ਕਿ ਹਮੇਸ਼ਾ ਪਲੇਨ ਵਾਲਾ ਜਿਹੜਾ ਅਸੀਂ ਇਗਜ਼ਾਮਪਲ ਦਿੰਦੇ ਹਾਂ ਕਿ ਹਰ ਵੇਲੇ ਜਦੋਂ ਪਲੇਨ 'ਚ ਵੀ ਤੁਹਾਨੂੰ ਸੇਫ ਹੋਣ ਨੂੰ ਕਹਿੰਦੇ ਨੇ ਤੇ ਕਹਿੰਦੇ ਨੇ ਪਹਿਲੇ ਆਪਣਾ ਮਾਸਕ ਲਾਓ ਫਿਰ ਨਾਲ ਦੇ ਬੱਚੇ ਦਾ ਜਾਂ ਨਾਲ ਕਿਸੇ ਹੋਰ ਦਾ ਲਾਓ ਸੋ ਪਹਿਲੇ ਤੁਸੀਂ ਖੁਦ ਆਪਣਾ ਸਟਰੋਂਗ ਹੋਵੋਗੇ ਤੇ ਕਿਸੇ ਹੋਰ ਦੀ ਵੀ ਹੈਲਪ ਕਰ ਸਕੋਗੇ ਪਰ ਅਗਰ ਵਿੱਚੇ ਹੀ ਕ੍ਰਸਤ ਹੋ ਕੇ ਯੂ ਨੋ ਆਪਣੀਆਂ ਜਿਹੜੀਆਂ ਤਰੱਕੀਆਂ ਉਹਨਾਂ ਨੂੰ ਰੋਕ ਲਿਆ ਤੇ ਫਿਰ ਤਾਂ ਫਾਇਦਾ ਨਾ ਹੋਇਆ ਸੋ ਡੈਫੀਨੇਟਲੀ ਦਾ ਆਨਸਰ ਇਜ਼ ਕਿ ਤੁਸੀਂ ਜਾਓ ਦੂਸਰੇ ਸ਼ਹਿਰ ਜੋਬ ਕਰੋ ਉਸ ਵੇਲੇ ਇਨਵੋਲਵ ਰਹੋ ਬੱਚਿਆਂ ਨਾਲ ਜਿਹੜਾ ਕੰਸਰਨ ਹੈ ਉਹ ਇਨਵੋਲਵ ਰਹੋ ਮਾਂ ਦਾ ਕੰਸਰਨ ਹੈ ਮਾਂ ਦੇ ਨਾਲ ਇਨਵੋਲਵ ਰਹੋ ਔਰ ਹੁਣ ਜਿਹੜਾ ਕੁਛ ਮਹੀਨੇ ਹੈਗੇ ਹੈ ਤੁਸੀਂ ਪਹਿਲੇ ਵੀ ਕਰਦੇ ਹੋਵੋਗੇ ਪਰ ਥੋੜ੍ਹਾ ਹੋਰ ਐਮਫਸਾਈਜ਼ ਕਰਕੇ ਬੈਠ ਕੇ ਗੱਲ ਕਰੋ ਸਾਰਿਆਂ ਨਾਲ ਵੀ ਮੇਰੇ ਮਨ 'ਚ ਇਹ ਹੈ ਐਂਡ ਉਸ ਤੋਂ ਬਾਅਦ ਟ੍ਰੇਨ ਦੈਮ ਆਪਣਾ ਹੱਥ ਖਿੱਚ ਕੇ ਐਕਚੁਅਲੀ ਐਕਸ਼ਨ ਤੋਂ ਖਿੱਚ ਕੇ ਮੈਨੇਜ ਕਰੋ ਸਿਰਫ ਰਿਸਪੋਂਸੀਬਿਲਿਟੀਜ਼ ਵੰਡ ਦਿਓ ਡੈਲੀਗੇਟ ਕਰੋ ਤਾਂ ਕਿ ਸਾਰੇ ਆਪਣੇ ਆਪਣੇ ਕਰਨ ਔਰ ਦੂਜੇ ਪਾਸੇ ਫੇਥ ਯੂ ਨੋ ਫੇਥ ਰੱਖੋ ਕਿ ਵਾਕਈ ਸਭ ਕੁਝ ਬਹੁਤ ਵਧੀਆ ਹੋਏਗਾ ਜਿਵੇਂ ਅਸੀਂ ਪੋਜ਼ਿਟਿਵਿਟੀ ਦੀ ਗੱਲ ਕਰ ਰਹੇ ਹਾਂ ਇੱਕ ਵਿਜੂਅਲਾਈਜ਼ ਕਰੋ ਕਿ ਤੁਸੀਂ ਗਏ ਹੋ ਔਰ ਇੰਨਾ ਸੋਹਣਾ ਸਾਰਾ ਕੁਛ ਸਾਰਿਆਂ ਨੂੰ ਪਤਾ ਲੱਗਿਆ ਵੀ ਹਾਂ ਤੁਹਾਨੂੰ ਮਿਸ ਤਾਂ ਕਰਦੇ ਹੈ ਪਰ ਕਰਦੇ ਹਾਂ ਵੀ ਉਹ ਹੁੰਦੀ ਨਾ ਉਹ ਇਹ ਕਰਦੀ ਹੈ ਚਲੋ ਮੈਂ ਕਰ ਦਿੰਦਾ ਹੈ ਸਾਰੇ ਆਪਣਾ ਆਪਣਾ ਜਿਹੜਾ ਫਰਜ਼ ਹੈ ਬਹੁਤ ਸੋਹਣਾ ਨਿਭਾਉਣਗੇ ਔਰ ਕਿਉਂਕਿ ਤੁਸੀਂ ਉਹ ਗੱਲ ਕਰ ਚੁੱਕੇ ਹੋਵੋਗੇ ਫਾਦਰ ਨਾਲ ਵੀ ਮਦਰ ਨਾਲ ਵੀ ਤੇ ਉਹ ਵੀ ਜਿਹੜਾ ਦਿਲ ਸਟੈਪ ਅਪ ਦੇਅਰ ਯੂ ਨੋ ਸ਼ੋ ਦਿਲ ਸੇ ਕਿ ਓਕੇ ਉਹ ਕਹਿੰਦੀ ਸੀ ਨਾ ਮੈਂ ਜ਼ਰੂਰ ਕਰਾਂ ਸੋ ਵੈਸੇ ਵੀ ਘਰ ਦੇ ਬੰਦੇ ਮੈਨੂੰ ਲੱਗਦਾ ਜਦੋਂ ਥੋੜ੍ਹੇ ਦੂਰ ਜਾਂਦੇ ਨਾ ਜ਼ਿਆਦਾ ਪਿਆਰੇ ਲੱਗਦੇ ਨੇ ਉਹਨਾਂ ਦੀਆਂ ਗੱਲਾਂ ਜ਼ਿਆਦਾ ਯਾਦ ਆਉਂਦੀਆਂ ਅਤੇ ਅਮਲ ਕਰਨ 'ਤੇ ਵੀ ਜ਼ਿਆਦਾ ਲੱਗਦਾ ਸੋ ਹੁਣ ਤੋਂ ਟ੍ਰੇਨਿੰਗ ਪੀਰੀਅਡ ਸ਼ੁਰੂ ਕਰ ਦਿਉ ਅਤੇ ਆਪਣੀ ਜਿਹੜੀ ਯੂ ਨੋ ਜੋਬ ਓਪਰਚੁਨਿਟੀ ਹੈ ਉਹਨੂੰ ਬਿਲਕੁਲ ਯੈਸ ਕਰ ਦਿਉ ਉਸ ਚੀਜ਼ ਨੂੰ ਅਤੇ ਉੱਥੇ ਜਾ ਕੇ ਜੁਆਇਨ ਕਰੋ ਇਨਵੋਲਵ ਰਹੋ ਬੱਚਿਆਂ ਵਾਸਤੇ ਬੱਚਿਆਂ ਦੀ ਜ਼ਿੰਦਗੀਆਂ ਵਾਸਤੇ ਜ਼ਰੂਰ ਐਂਡ ਖੁਦ ਖੂਬ ਤਰੱਕੀਆਂ ਕਰੋ ਖੁਸ਼ ਰਹੋ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ